ਸਵਾਗਤ ਹੈ ਦੋਸਤੋ ਤੁਹਾਡਾ, ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ, ਕੰਗਣਾ ਰਣੌਤ ਆਪਣੀਆਂ ਹਰਕਤਾਂ ਤੋਂ ਹਾਲੇ ਤੱਕ ਵੀ ਬਾਜ਼ ਨਹੀਂ ਆ ਰਹੀ ਹੈ। ਆਪਾਂ ਵਜ੍ਹਾ ਸਾਰੇ ਜਣੇ ਜਾਣਦੇ ਹੀ ਹੈਗੇ ਹਾਂ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਦੀ ਫਿਲਮ ਦੇ ਉੱਪਰ ਪਾਬੰਦੀ ਲੱਗਦੀ ਹੈ, ਕਦੀ ਉਹਦੇ ਵਿੱਚ ਕੱਟ ਲਗਾਏ ਜਾਣ ਦੀ ਗੱਲ ਸਾਹਮਣੇ ਆਉਂਦੀ ਹੈ, ਕਦੀ ਕੁਛ ਦ੍ਰਿਸ਼ ਜਿਹੜੇ ਹੈ ਉਸ ਫਿਲਮ ਦੇ ਵਿੱਚ ਫਿਲਮਾਏ ਗਏ ਸੀਗੇ ਉਹਨਾਂ ਨੂੰ ਹਟਾਉਣ ਦੀ ਗੱਲ ਆਉਂਦੀ ਹੈ, ਉਸ ਤੋਂ ਬਾਅਦ ਰਿਲੀਜ਼ ਹੋ ਜੂਗੀ। ਚਲੋ, ਇੰਨੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ। ਤੋ ਇੱਦਾਂ ਦੇ ਹਾਲਾਤਾਂ ਵਿੱਚ ਤੁਸੀਂ ਦੇਖੋ, ਕੌਮ ਪੂਰਾ ਰੱਜ ਕੇ ਵਿਰੋਧ ਕਰ ਰਹੀ ਹੈ ਕੰਗਣਾ ਰਣੌਤ ਦੀ। ਜਿੱਥੇ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ, ਕੰਗਣਾ ਰਣੌਤ ਦਾ ਵੀ ਵਿਰੋਧ ਕੀਤਾ ਜਾ ਰਿਹਾ। ਕੰਗਣਾ ਰਣੌਤ ਦੀ ਫਿਲਮ ਦਾ ਇਸ ਕਰਕੇ ਵਿਰੋਧ ਕੀਤਾ ਜਾ ਰਿਹਾ ਹੈਗਾ ਕਿ ਫਿਲਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਕੁਛ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਫਿਲਮ ਦਾ ਟ੍ਰੇਲਰ ਸਾਹਮਣੇ ਉੱਭਰ ਕੇ ਸਾਹਮਣੇ ਆਇਆ ਹੈਗਾ, ਇੱਕ ਤਾਂ ਫਿਲਮ ਦਾ ਇਸ ਕਰਕੇ ਵਿਰੋਧ ਕੀਤਾ ਜਾ ਰਿਹਾ ਹੈਗਾ, ਔਰ ਦੂਸਰਾ ਕੰਗਣਾ ਰਣੌਤ ਦਾ ਵੀ ਵਿਰੋਧ ਕੀਤਾ ਜਾਂਦਾ। ਕੰਗਣਾ ਰਣੌਤ ਦਾ ਵਿਰੋਧ ਇਸ ਕਰਕੇ ਕੀਤਾ ਜਾਂਦਾ ਹੈਗਾ ਕਿ ਆਏ ਦਿਨ ਨਿਤ ਦਿਨ ਇੱਕ ਉਹ ਛੁਰਲੀ ਛੱਡਦੀ ਹੈ। ਛੁਰਲੀ ਛੱਡਣ ਤੋਂ ਬਾਅਦ, ਛੁਰਲੀ ਛੱਡਣ ਤੋਂ ਭਾਵ ਇੱਥੇ ਹੈਗਾ ਕਿ ਸੋਸ਼ਲ ਮੀਡੀਆ ਦੇ ਉੱਪਰ ਕਦੀ ਕੋਈ ਰੀਲ ਪਾਉਂਦੀ ਹੈ, ਕਦੀ ਜਿਹੜੀ ਉਹ ਵਿਵਾਦਿਤ ਫਿਲਮ ਹੈਗੀ ਆ ਉਹਦਾ ਕੋਈ ਇੱਕ ਛੋਟਾ ਜਿਹਾ ਹਿੱਸਾ, ਉਹਦਾ ਵੀਡੀਓ ਕਲਿੱਪ ਜਿਹਾ ਉਹ ਪਾ ਕੇ ਉਸ ਤੋਂ ਬਾਅਦ ਪਤਾ ਨਹੀਂ ਚੁੱਪ ਕਰਕੇ ਸੌ ਜਾਂਦੀ ਹੈ, ਅਤੇ ਸਿੱਖਾਂ ਦੇ ਜ਼ਖਮਾਂ ਦੇ ਉੱਪਰ ਵਾਰ ਵਾਰ ਨਮਕ ਛਿੜਕਣ ਦਾ ਕੰਮ ਕਰਦੀ ਹੈ। ਹੁਣ ਜਿਹੜੀ ਤਾਜ਼ਾ ਗੱਲ ਹੈਗੀ ਆ, ਜਿਹੜੀ ਮੈਂ ਖਾਸ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹੋਇਆ, ਬੜੇ ਹੀ ਜ਼ਿਆਦਾ ਧਿਆਨ ਦੇਣ ਯੋਗ ਹੈ ਇਹ ਵਾਲੀ ਗੱਲ। ਇੱਕ ਨੈਰੇਟਿਵ, ਕਿੰਨੇ ਵਧੀਆ ਲਫ਼ਜ਼ ਮੈਂ ਬੋਲਣ ਲੱਗਾ ਜੀ, ਮੈਂ ਕਿੰਨੇ ਵਧੀਆ ਤਰੀਕੇ ਦੇ ਨਾਲ ਇੱਕ ਵੱਖਰੀ ਜਿਹੀ ਤਰ੍ਹਾਂ ਦਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦੇ ਵੱਲੋਂ। ਦਰਅਸਲ ਮਾਮਲਾ ਕੀ ਹੈਗਾ, ਕੰਗਣਾ ਰਣੌਤ ਨੇ ਆਹ ਦੋ ਤਿੰਨ ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਹੈ ਕਿਸੇ ਨਿਊਜ਼ ਚੈਨਲ ਦੇ ਉੱਪਰ। ਪੱਤਰਕਾਰ ਸਵਾਲ ਕਰ ਰਿਹਾ ਹੈਗਾ, ਕੰਗਣਾ ਰਣੌਤ ਜਵਾਬ ਦੇ ਰਹੀ ਹੈ। ਉਹਨੇ ਆਪਣੇ ਜਵਾਬਾਂ ਦੇ ਵਿੱਚ, ਆਪਣੇ ਉਸ ਇੰਟਰਵਿਊ ਦੇ ਵਿੱਚ ਇਹ ਗੱਲ ਕਹਿਤੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਆਹ ਤਾਂ ਸਤਿਕਾਰ ਦੇ ਨਾਲ ਮੈਂ ਬੋਲਿਆ, ਉਹ ਨਹੀਂ ਸਤਿਕਾਰ ਕਰਦੀ ਹੈਗੀ, ਉਹ ਕਹਿੰਦੀ ਵੀ ਉਹ ਅੱਤਵਾਦੀ ਸੀਗੇ। ਹੁਣ ਜਦੋਂ ਉਹਨੇ ਇਹ ਗੱਲ ਕਹੀ ਹੈ ਕਿ ਸੰਤ ਭਿੰਡਰਾਂ ਵਾਲੇ ਅੱਤਵਾਦੀ, ਉਹਨਾਂ ਨੂੰ ਅੱਤਵਾਦੀ ਆਖਿਆ, ਉਸ ਤੋਂ ਬਾਅਦ ਫਿਰ ਕੰਗਣਾ ਰਣੌਤ ਦਾ ਇੱਕ ਵਾਰ ਵਿਰੋਧ ਹੋਇਆ ਹੈਗਾ। ਸਿੱਖ ਕੌਮ ਉਹਨਾਂ ਨੂੰ ਆਪਣੇ ਹੀਰੋ ਮੰਨਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਦੇਖੋ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਯੋਧੇ ਜਰਨੈਲ ਦਾ ਖਿਤਾਬ ਮਿਲਿਆ ਹੋਇਆ। ਸੋ ਜਿਹੜਾ ਅੰਮ੍ਰਿਤਸਰ ਦੇ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਹੈਗਾ, ਉੱਥੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਹੈ ਬਕਾਇਦਾ। ਸ਼ਹੀਦ ਕੌਮ ਉਹਨਾਂ ਨੂੰ ਮੰਨਦੀ ਹੈ, ਉਹਨਾਂ ਨੂੰ ਸੰਤ ਸੂਰਮਾ ਮੰਨਦੀ ਹੈ, ਸੰਤ ਸਿਪਾਹੀ ਮੰਨਦੀ ਹੈ, ਔਰ ਉਹਨਾਂ ਦੀ ਯਾਦਗਾਰ ਵੀ ਬਣੀ ਹੋਈ ਹੈ ਜਿਹੜੇ ਉਹਨਾਂ ਦੇ ਨਾਲ ਲੜਦਿਆਂ ਹੋਇਆ ਸਮੇਂ ਦੀ ਉਸ ਵੇਲੇ ਦੀ ਹਕੂਮਤ ਦੇ ਨਾਲ ਸ਼ਹੀਦ ਹੋ ਗਏ ਸੀਗੇ ਜਿਹੜੇ ਸਿੰਘ। ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਵੀ ਉਸ ਗੈਲਰੀ ਦੇ ਵਿੱਚ ਅੱਜ ਲੱਗੀਆਂ ਹੋਈਆਂ, ਆਮ ਹੀ ਹਰ ਕੋਈ ਜਾ ਕੇ ਦੇਖ ਸਕਦਾ। ਪਰ ਕੰਗਣਾ ਰਣੌਤ ਕਹਿੰਦੇ ਨਹੀਂ, ਉਹ ਅੱਤਵਾਦੀ ਹੈ। ਖੈਰ ਚਲੋ, ਕੰਗਣਾ ਰਣੌਤ ਨੇ ਇੱਦਾਂ ਹੀ ਕਹਿਣਾ ਹੈਗਾ, ਉਹਦੀ ਡਿਊਟੀ ਜੋ ਲੱਗੀ ਹੋਈ ਹੈ ਜਾਂ ਉਹਨੂੰ ਜੋ ਦੀਦਾ ਹੈਗਾ, ਜਿਸ ਐਨਕ ਦੇ ਜ਼ਰੀਏ ਉਹ ਦੇਖ ਰਹੀ ਹੈ ਉਹਨੂੰ ਉਹੀ ਕੁਛ ਦਿਸਣਾ ਹੈਗਾ। ਹਾਲਾਂਕਿ ਮੈਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈਗੀ ਆ, ਅੱਜ ਇੱਕ ਵਾਰ ਫਿਰ ਗੱਲ ਕਰਕੇ ਫਿਰ ਮੈਂ ਹਰਮੀਤ ਸਿੰਘ ਕਾਲਕਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਨੇ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਧਰਲੇ ਪਾਸੇ ਨੂੰ ਆਉਣਾ। ਅੱਗੇ ਮੈਂ ਕਈ ਵਾਰ ਜਿਹੜੀ ਗੱਲ ਕੀਤੀ ਹੈ, ਇੱਕ ਮਾਤਰ ਟੁੱਕ ਮਾਤਰ ਗੱਲ ਕਰਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਕੰਗਣਾ ਰਣੌਤ ਬਹੁਤ ਸਮਾਂ ਪਹਿਲਾਂ, ਤੁਸੀਂ ਝਾਤ ਮਾਰ ਕੇ ਵੇਖਿਓ, ਪਹਿਲਾਂ ਵੀ ਉਹ ਲਾਈਵ ਹੁੰਦੀ ਸੀਗੀ, ਤੁਹਾਨੂੰ ਚੇਤੇ ਹੋਊਗਾ, ਜਦੋਂ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਸੀ ਹੋਈ, ਜਦੋਂ ਉਹਦਾ ਇੱਕ ਵਾਰ ਘਰ ਦਫ਼ਤਰ ਵਗੈਰਾ ਬੰਬੇ ਨਹੀਂ ਸੀ ਢਾਇਆ, ਅਤੇ ਉਸ ਵੇਲੇ ਆਪਣੇ ਪਲੰਗ ਜਿਹੇ ਦੇ ਉੱਪਰ ਬਹਿ ਜਾਂਦੀ ਹੁੰਦੀ ਸੀ, ਢਾਸ ਜਿਹਾ ਲਾ ਕੇ ਸੱਜੇ ਪਾਸੇ ਨੂੰ ਤਾਂ ਦੇਖ ਕੇ ਵੀਡੀਓ ਬਣਾਉਂਦੀ ਹੁੰਦੀ ਸੀਗੀ, ਚੰਗੀਆਂ ਚੰਗੀਆਂ ਗੱਲਾਂ ਹੀ ਤਕਰੀਬਨ ਕਰਦੀ ਹੁੰਦੀ ਸੀਗੀ ਉਹ। ਮੈਨੂੰ ਚੇਤੇ ਆ, ਤੁਹਾਡੇ ਵਿੱਚ ਵੀ ਹੋ ਸਕਦਾ ਕਈਆਂ ਨੂੰ ਚੇਤੇ ਹੋਊਗਾ। ਉਹਨਾਂ ਗੱਲਾਂ ਦੇ ਵਿੱਚੋਂ ਹੋ ਸਕਦਾ ਕਈ ਵਾਰ ਆਪਾਂ ਕਈ ਗੱਲਾਂ ਦੇ ਨਾਲ ਸਹਿਮਤ ਨਾ ਵੀ ਹੋਈਏ, ਪਰ ਕਰੀਬ ਕਰੀਬ ਉਹ ਇੱਦਾਂ ਦੀਆਂ ਗੱਲਾਂ ਨਹੀਂ ਸੀ ਘੱਟੋ ਘੱਟ ਕਰਦੀ ਹੁੰਦੀ ਵਿਵਾਦਿਤ, ਜਿੱਦਾਂ ਦੀਆਂ ਅੱਜ ਉਹ ਕਰਦੀ ਪਈ ਹੈਗੀ ਆ ਜਦੋਂ ਦੀ ਬੀਜੇਪੀ ਜੁਆਇਨ ਕੀਤੀ ਆ। ਉਸ ਤੋਂ ਬਾਅਦ ਕੀ ਹੋਇਆ, ਜਦੋਂ ਇਹਦਾ ਸ਼ਿਵ ਸੈਨਾ ਵਾਲੇ ਨਾਲ ਉੱਥੇ ਚੱਕਰ ਜਿਹਾ ਪਿਆ, ਉਹਦਾ ਘਰ ਢਾਹਤਾ, ਦਫ਼ਤਰ ਵਗੈਰਾ, ਉਸ ਤੋਂ ਬਾਅਦ ਉਹਦੀ ਬਾਂਹ ਫੜੀ ਜਿਹਨਾਂ ਲੋਕਾਂ ਨੇ,
ਹੋ ਸਕਦਾ ਭਾਜਪਾ ਵਾਲਿਆਂ ਨੇ ਉਹਦੀ ਬਾਂਹ ਫੜੀ, ਉਸ ਤੋਂ ਬਾਅਦ ਇਹ ਬੀਜੇਪੀ ਜੁਆਇਨ ਕਰ ਲੈਂਦੀ ਹੈ, ਉਸ ਤੋਂ ਬਾਅਦ ਫਿਰ ਜੋ ਉਹਨਾਂ ਦਾ ਏਜੰਡਾ ਹੈਗਾ ਉਹਨਾਂ ਨੂੰ ਫਿਰ ਦੇਖੋ, ਹਰ ਇੱਕ ਸਿਆਸੀ ਪਾਰਟੀ ਹੋਵੇ ਕੋਈ, ਚਾਹੇ ਕੋਈ ਧਿਰ ਜਥੇਬੰਦੀ, ਉਹਨਾਂ ਨੂੰ ਬੰਦੇ ਚਾਹੀਦੇ ਹੁੰਦੇ ਆ। ਹੁਣ ਜਿਹੜੇ ਕੋਈ ਸਿਆਸੀ ਪਾਰਟੀ ਆ ਉਹਨਾਂ ਨੂੰ ਬੰਦੇ ਚਾਹੀਦੇ ਹੁੰਦੇ ਆ, ਮੈਂ ਲਫ਼ਜ਼ ਬੋਲਣ ਲੱਗਾ ਸੀਗਾ, ਭੌਂਕੜ ਟਾਈਪ, ਭੌਂਕੜ ਲਫ਼ਜ਼ ਸ਼ਾਇਦ ਕਈਆਂ ਨੂੰ ਬੁਰਾ ਲੱਗੂਗਾ ਕਿ ਪੱਤਰਕਾਰ ਦੇ ਮੂੰਹੋਂ ਇੱਦਾਂ ਦੇ ਲਫ਼ਜ਼ ਨਹੀਂ ਸ਼ੋਭਦੇ ਹੈਗੇ, ਕੋਈ ਹੋਰ ਲਫ਼ਜ਼ ਜਿਹੜਾ ਹੈਗਾ ਚੱਜ ਸਵਾਦ ਜਿਹਦਾ ਜਿਹਨੂੰ ਕੋਈ ਖਰਾ ਲੱਗਦਾ ਹੈਗਾ ਉਹ ਰੱਖ ਲਓ, ਚਲੋ ਤੁਸੀਂ ਬੋਲਣ ਕਹਿ ਲਓ, ਚਲੋ ਵਿੱਚ ਉਹ ਵੀ ਜਿਹੜੇ ਕੋਈ ਇੱਦਾਂ ਬੋਲ ਸਕਣ। ਹੁਣ ਉਹਨਾਂ ਨੂੰ ਇੱਦਾਂ ਦੀ ਇੱਕ ਇਹ ਔਰਤ ਮਿਲ ਗਈ ਵੀ ਤੂੰ ਇਸ ਤਰੀਕੇ ਦੇ ਨਾਲ ਇੱਦਾਂ ਇਹ ਬੋਲਦੀ ਹੈਗੀ ਜਾਂ ਬੋਲ ਸਕਦੀ ਹੈ, ਉਹ ਇਹਨੂੰ ਮੋਹਰੇ ਵਜੋਂ ਵਰਤ ਰਹੇ ਹੈ ਆਏ ਦਿਨ ਸਿੱਖਾਂ ਦੇ ਖਿਲਾਫ਼। ਫਿਰ ਪੂਰੇ ਭਾਰਤ ਦੇ ਵਿੱਚ ਸਿੱਖਾਂ ਤੋਂ ਇਲਾਵਾ ਹੋਰ ਵੀ ਤਾਂ ਬਹੁਤ ਸਾਰੇ ਲੋਕ ਹੈਗੇ ਹੀ ਹੈ ਜਿਸ ਕਮਿਊਨਿਟੀ ਦੇ ਨਾਲ ਆਪ ਉਹ ਸੰਬੰਧਿਤ ਹੈਗੀ ਆ, ਕਿ ਉਸ ਕਮਿਊਨਿਟੀ ਦੇ ਲੋਕਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕੋਈ ਕਮੀਆਂ ਪੇਸ਼ੀਆਂ ਨਹੀਂ ਹੈਗੀਆਂ। ਮੈਂ ਨਹੀਂ ਕਹਿੰਦਾ ਹੈਗਾ ਕਿ ਉਹਨਾਂ ਦੇ ਖਿਲਾਫ਼ ਵੀ ਬੋਲੇ, ਪਰ ਕਮੀਆਂ ਪੇਸ਼ੀਆਂ ਕੀ ਨਹੀਂ ਹੈਗੀਆਂ ਜ਼ਰੂਰ ਹੁੰਦੀਆਂ ਨੇ ਹਰੇਕ ਕਮਿਊਨਿਟੀ ਦੇ ਵਿੱਚ, ਪਰ ਇਹਨੂੰ ਇਕੱਲਾ ਸਿੱਖਾਂ ਨੂੰ ਹੀ ਟਾਰਗੇਟ ਕਰਨ ਦਾ ਜਿਵੇਂ ਟੀਚਾ ਹੀ ਮਿਲਿਆ ਹੋਇਆ, ਜਿਵੇਂ ਠੇਕਾ ਹੀ ਲਿਆ ਹੋਇਆ ਆ, ਸੋ ਉਸ ਤਰੀਕੇ ਦੇ ਨਾਲ ਉਹ ਸਾਰਾ ਕੁਝ ਕਰਦੀ ਜਾ ਰਹੀ ਹੈ। ਤੋ ਉਸੇ ਹੀ ਲੜੀ ਦੇ ਤਹਿਤ ਉਹਨੇ ਸੰਤ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਲਫ਼ਜ਼ ਬੋਲਿਆ। ਹੁਣ ਆ ਜਾਓ ਜੀ, ਹਰਮੀਤ ਸਿੰਘ ਕਾਲਕਾ ਜੀ ਨੇ ਇਹਦਾ ਵਿਰੋਧ ਕੀਤਾ, ਜਿੱਥੇ ਹੋਰ ਸਿੱਖ ਕੌਮ ਵਿਰੋਧ ਕਰਦੀ ਆ, ਰੋਸ ਕਰਦੀ ਹੈਗੀ ਆ, ਇਹਨੂੰ ਲਾਹਣਤਾ ਵੀ ਸਿੱਖ ਕੌਮ ਪਾ ਰਹੀ ਹੈਗੀ ਆ। ਹਰਮੀਤ ਸਿੰਘ ਕਾਲਕਾ ਜੀ ਨੇ ਇੱਕ 3-3.5 ਮਿੰਟ ਦੀ ਵੀਡੀਓ ਆ ਜੀ, ਮੈਂ ਤੁਹਾਨੂੰ ਅਖੀਰ ਦੇ ਵਿੱਚ ਉਹ ਵੀਡੀਓ ਕਲਿੱਪ ਜਿਹੜਾ ਹੈਗਾ ਹਰਮੀਤ ਸਿੰਘ ਕਾਲਕਾ ਜੀ ਵਾਲਾ ਮੈਂ ਤੁਹਾਨੂੰ ਸੁਣਾ ਵੀ ਦਊਂਗਾ, ਤੁਸੀਂ ਬਾਅਦ 'ਚ ਸੁਣ ਲਿਓ, ਤੁਹਾਡੇ 'ਚ ਕਈਆਂ ਨੇ ਸੁਣਿਆ ਹੋਊਗਾ, ਜਿਹੜਾ ਨਹੀਂ ਸੁਣਿਆ ਉਹ ਆਪ ਸੁਣ ਲੈਣ ਅਖੀਰ ਦੇ ਵਿੱਚ ਆਪਣੀ ਗੱਲ ਸਮਾਪਤ ਹੋਣ ਤੋਂ ਬਾਅਦ। ਤੁਸੀਂ ਆਪਣੇ ਕੰਨੀ ਸੁਣ ਕੇ ਹਰਮੀਤ ਸਿੰਘ ਕਾਲਕਾ ਜੀ ਦੀ ਜ਼ੁਬਾਨੀ, ਉਹਨਾਂ ਦੀਆਂ ਗੱਲਾਂ ਬਾਤਾਂ, ਫਿਰ ਤੁਸੀਂ ਸੋਚ ਕੇ ਵੇਖਿਓ ਵੀ ਉਹ ਕਿੰਨੇ ਵਧੀਆ ਤਰੀਕੇ ਦੇ ਨਾਲ ਉਹ ਸੰਤ ਭਿੰਡਰਾਂ ਵਾਲਿਆਂ ਨੂੰ ਕੀ ਕਹਿ ਰਹੇ ਨੇ, ਔਰ ਜਿਹੜਾ ਸੰਘਰਸ਼ ਚੱਲ ਰਿਹਾ ਹੈਗਾ ਆਜ਼ਾਦੀ ਵਾਲਾ, ਉਹ ਸੰਘਰਸ਼ ਦੇ ਰਾਹੀਆਂ ਨੂੰ ਵੀ ਕੀ ਕਹਿ ਰਹੇ ਨੇ, ਆਓ ਆਪਾਂ ਉਹ ਗੱਲ ਕਰਦੇ ਹਾਂ ਜੀ। ਮੇਨ ਜਿਹੜੀ ਗੱਲ ਹੈਗੀ, ਕੰਗਣਾ ਤਾਂ ਸਾਰਾ ਕੁਝ ਕਰਦੀ ਹੈ, ਉਹਦਾ ਤਾਂ ਸਾਨੂੰ ਪਤਾ ਹੀ ਹੈਗਾ ਆ, ਪਰ ਜਿਹੜੇ ਸਾਡੇ ਆਪਣੇ ਸਿੱਖ ਚਿਹਰੇ ਮੁਹਰਿਆਂ ਵਾਲੇ ਹੈਗੇ ਆ ਉਹ ਕੀ ਕਰਦੇ ਹੈਗੇ, ਜਿੱਥੇ ਉਹ ਕੰਗਣਾ ਰਣੌਤ ਦੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਉਹਨੇ ਸੰਤ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਆਖਿਆ, ਉੱਥੇ ਜਿੱਦਾਂ ਉਹ ਇੱਕ ਗੱਲ ਹੁੰਦੀ ਹੈ ਨਾ ਭਈ ਗੁੜ ਦੇ ਵਿੱਚ ਲਪੇਟ ਕੇ ਜ਼ਹਿਰ ਦੇਣਾ, ਇੱਦਾਂ ਇੱਕ ਜਿਹਦਾ ਕੰਮ ਉਹ ਕਰ ਰਹੇ ਹੈਗੇ। ਜਦੋਂ ਉਹ ਗੱਲ ਆਪਣੀ ਸ਼ੁਰੂ ਕਰਦੇ ਆ ਤਾਂ ਸੁਣਨ ਵਾਲੇ ਨੂੰ ਹੋ ਸਕਦਾ ਕਈਆਂ ਨੂੰ ਅਖੀਰ ਤੱਕ ਇਹ ਲੱਗੇ ਕਿ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਐਨ ਪੂਰੀ ਤਰ੍ਹਾਂ ਹੱਕ ਦੇ ਵਿੱਚ ਅਤੇ ਕੰਗਣਾ ਰਣੌਤ ਦੇ ਖਿਲਾਫ਼ ਉਹਨਾਂ ਨੇ ਐਨ ਠੋਕ ਵਜਾ ਕੇ ਗੱਲ ਕੀਤੀ ਆ, ਧੰਨ ਧੰਨ ਕਰਾਤੀ, ਐਨ ਬਹਿਜਾ ਬਹਿਜਾ ਕਰਾਤੀ, ਜਿਹੜੇ ਵੀ ਰੂਹ ਖੁਸ਼ ਕਰਤੀ ਹਰਮੀਤ ਸਿੰਘ ਕਾਲਕਾ ਜੀ ਨੇ ਕੰਗਣਾ ਰਣੌਤ ਦੀ, ਐਨ ਜੰਮ ਕੇ ਧੁਲਾਈ ਕਰ ਦਿੱਤੀ ਐਨ, ਕਈਆਂ ਨੂੰ ਇੱਦਾਂ ਲੱਗਦਾ ਹੋਊਗਾ। ਪਰ ਹੁਣ ਧਿਆਨ ਦਿਓ, ਜਦੋਂ ਉਹ ਇਹ ਗੱਲ ਕਰਦੇ ਆ ਭਈ ਕਹਿੰਦੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਉਹਨੇ ਅੱਤਵਾਦੀ ਆਖਿਆ, ਜਦੋਂ ਕਿ ਉਹ ਤਾਂ ਸਿੱਖਾਂ ਦੇ ਦਿਲਾਂ 'ਚ ਵੱਸਦੇ ਆ, ਉਹ ਤਾਂ 20ਵੀਂ ਸਦੀ ਦੇ ਸਿੱਖ ਕੌਮ ਦੇ ਮਹਾਨ ਵੱਡੇ ਜਰਨੈਲ ਹੈਗੇ ਆ, ਉਹ ਇੱਦਾਂ ਕਹਿ ਰਿਹਾ ਜਿੱਥੇ। ਚੰਗੀ ਲੱਗੀ ਗੱਲ ਹੁਣ ਨਾ ਜੀ, ਅੱਗੇ ਆ ਜਾਓ। ਉਹ ਕਹਿੰਦੇ ਇਹ ਉਹਨਾਂ ਨੂੰ ਅੱਤਵਾਦੀ ਕਹਿੰਦੀ ਹੈ, ਕਹਿੰਦੇ ਇਹ ਕਹਿੰਦੀ ਆ ਵੀ ਮੈਂ ਬਹੁਤ ਸਾਰੇ ਜਿਹੜੇ ਇਤਿਹਾਸਕਾਰ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਫਿਰ ਫਿਲਮ ਬਣਾਈ ਆ ਇਹ, ਸਾਨੂੰ ਕਹਿੰਦੇ ਕੋਈ ਮਤਲਬ ਨਹੀਂ ਹੈਗਾ ਫਿਲਮ ਚੱਲੇ ਇਹਦੀ, ਫਿਲਮ ਨਾ ਚੱਲੇ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੈਗਾ, ਸਾਨੂੰ ਸਿਰਫ ਇਸ ਗੱਲ ਦੇ ਨਾਲ ਮਤਲਬ ਆ ਇਹ ਕਿਸ ਤਰੀਕੇ ਦੇ ਨਾਲ ਸੰਤ ਭਿੰਡਰਾਂ ਵਾਲਿਆਂ ਦੀ ਕਿਰਦਾਰ ਕੁਸ਼ੀ ਕਰ ਰਹੀ ਹੈ। ਅੱਛਾ, ਕਿਰਦਾਰ ਕੁਸ਼ੀ ਕਿਹੜੀ ਗੱਲ ਤੋਂ ਇਹਨਾਂ ਨੂੰ ਲੱਗਦਾ ਵੀ ਕਰ ਰਹੀ ਹੈ? ਕਹਿੰਦੇ ਇਹ ਕਹਿ ਰਹੀ ਆ ਵੀ ਉਹ ਖਾਲਿਸਤਾਨ ਦੀ ਡਿਮਾਂਡ ਕਰਦੇ ਸੀਗੇ, ਮਤਲਬ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹ ਕਹਿੰਦੇ ਵੀ ਮੈਨੂੰ ਕੋਈ ਦਿਖਾ ਦਿਓ, ਕੋਈ ਦੱਸ ਦਿਓ, ਕੋਈ ਸਰਕਾਰੀ ਕਾਗਜ਼ ਪੱਤਰ ਜਾਂ ਕਿਤੇ ਵੀ ਮੈਨੂੰ ਵਿਖਾ ਦਿਓ ਵੀ ਜਿੱਥੇ ਉਹਨਾਂ ਨੇ ਖਾਲਿਸਤਾਨ ਦੀ ਮੰਗ ਕੀਤੀ ਹੋਵੇ। ਭਾਵ ਇਹਨਾਂ ਦਾ ਇਹ ਹੈਗਾ ਕਹਿਣ ਦਾ ਕਾਲਕਾ ਜੀ ਦਾ ਕਿ ਕੰਗਣਾ ਰਣੌਤ ਐਵੇਂ ਹੀ ਬੋਲੀ ਜਾਣ ਡਈ ਆ, ਐਵੇਂ ਹੀ ਬੋਲੀ ਜਾਣ ਡਈ ਆ, ਸੰਤ ਭਿੰਡਰਾਂ ਵਾਲਿਆਂ ਨੇ ਤਾਂ ਕਦੇ ਖਾਲਿਸਤਾਨ ਦੀ ਗੱਲ ਹੀ ਨਹੀਂ ਕੀਤੀ, ਇਹ ਉਹਨਾਂ ਨੂੰ ਖਾਲਿਸਤਾਨ ਦੀ ਮੰਗ ਕੀਤੀ ਉਹਨਾਂ ਨੇ, ਇਹ ਕਹਿ ਕੇ ਉਹਨਾਂ ਦੀ ਕਿਰਦਾਰ ਕੁਸ਼ੀ ਕਰ ਰਹੀ ਹੈ। ਸੋ ਭਾਵ ਇਹ ਬਣਿਆ
ਕਿ ਹਰਮੀਤ ਸਿੰਘ ਕਾਲਕਾ ਜੀ ਖੁਦ ਇਹ ਗੱਲ ਮੰਨ ਰਹੇ ਹੈ ਕਿ ਜੇ ਕਿਸੇ ਨੂੰ ਕੋਈ ਖਾਲਿਸਤਾਨੀ ਕਹੇ ਤਾਂ ਜਿਹਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੁੰਦਾ ਉਹਦੀ ਇਹ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੁੰਦੀ ਹੈ। ਸਦਕੇ ਜਾਈਏ ਜੀ, ਕਿਆ ਬਾਤ ਹੈ। ਤੁਸੀਂ ਸੋਚ ਕੇ ਦੇਖੋ ਕਿੰਨੇ ਬੰਦੇ ਹੋਣਗੇ ਜਿਹਨਾਂ ਨੂੰ ਇਹ ਲੱਗਦਾ ਹੋਊਗਾ ਕਿ ਵਾਕਈ ਲੈ ਵੀ ਇਹਨਾਂ ਨੇ ਠੋਕ ਵਜਾ ਕੇ ਗੱਲ ਕੀਤੀ ਆ, ਪਰ ਭਲਿਓ ਤੁਸੀਂ ਸੋਚ ਕੇ ਦੇਖੋ ਉਹ ਕਹਿ ਕੀ ਰਹੇ ਨੇ। ਉਹ ਇਹ ਕਹਿ ਕੇ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਜਿਹੜੇ ਖਾਲਿਸਤਾਨ ਦੀ ਡਿਮਾਂਡ ਕਰਦੇ ਹੁੰਦੇ ਆ ਇਹ ਮਾੜੀ ਗੱਲ ਹੁੰਦੀ ਹੈ। ਜੇਕਰ ਉਹਨਾਂ ਨੂੰ ਖਾਲਿਸਤਾਨੀ ਕਹਿੰਦਾ ਜਾਂ ਖਾਲਿਸਤਾਨ ਦੀ ਇਹ ਮੰਗ ਕਰਦੇ ਹੈਗੇ ਆ, ਇਹ ਕਹਿੰਦਾ ਹੈਗਾ, ਇਹਦਾ ਮਤਲਬ ਅਗਲੇ ਦੀ ਕਿਰਦਾਰ ਕੁਸ਼ੀ ਕਰਦਾ ਹੈਗਾ ਅਗਲਾ। ਕਮਾਲ ਦੀ ਗੱਲ ਹੈਗੀ ਆ। ਸੋ ਦੇਖੋ ਤੁਸੀਂ ਸੋਚ ਕੇ ਕਿੰਨਾ ਇੱਕ ਕਿੰਨੇ ਵਧੀਆ ਤਰੀਕੇ ਦੇ ਨਾਲ ਉਹ ਇੱਕ ਨੈਰੇਟਿਵ ਜਿਹਾ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਸੰਤ ਭਿੰਡਰਾਂ ਵਾਲੇ ਕੋਈ ਅੱਤਵਾਦੀ ਨਹੀਂ ਸੀਗੇ, ਆਹ ਗੱਲ ਕਹਿੰਦੇ ਤਾਂ ਠੀਕ ਸੀਗੇ, ਵੀ ਸੰਤ ਭਿੰਡਰਾਂ ਵਾਲੇ ਕੋਈ ਖਾਲਿਸਤਾਨ ਦੀ ਡਿਮਾਂਡ ਕਰਨ ਵਾਲੇ ਨਹੀਂ ਸੀਗੇ, ਇਹ ਗੱਲ ਕਹਿ ਰਹੇ ਆ ਉਹ ਆਪਣੀ ਇਸ 3.5 ਮਿੰਟ ਦੀ ਜਿਹੜੀ ਇਹ ਬਿਆਨਬਾਜ਼ੀ ਉਹਨਾਂ ਹੈਗੀ ਆ ਉਹਨਾਂ ਦੀ ਉਹਦੇ ਜ਼ਰੀਏ। ਅੱਛਾ, ਹੁਣ ਮੈਂ ਉਹਨਾਂ ਨੂੰ ਇਹ ਸਵਾਲ ਕਰਨਾ ਚਾਹੁੰਦਾ ਹੈ ਕਿ ਕੀ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ, ਅੱਜ ਬੱਚਾ ਬੱਚਾ ਇਸ ਗੱਲ ਨੂੰ ਜਾਣਦਾ ਹੈਗਾ, ਸੰਤ ਭਿੰਡਰਾਂ ਵਾਲਿਆਂ ਦੀ ਜ਼ੁਬਾਨੀ ਉਹਨਾਂ ਨੇ ਆਪ ਇਹ ਗੱਲ ਕਹੀ ਹੋਈ ਹੈ। ਸੰਘਰਸ਼ ਕਾਹਦੇ ਵਾਸਤੇ ਲੜੇ ਗਏ ਸੀਗੇ ਉਸ ਵੇਲੇ, ਉਹ ਤਾਂ ਆਜ਼ਾਦੀ ਦੀ ਗੱਲ ਕਰਦੀ ਸੀ, ਉਹ ਤਾਂ ਇਹ ਗੱਲ ਅਕਸਰ ਹੀ ਕਹਿੰਦੇ ਹੁੰਦੇ ਸੀਗੇ ਕਿ 1947 ਦੇ ਵਿੱਚ ਆਪਾਂ ਟੋਪੀ ਆਜ਼ਾਦ ਕਰਵਾਈ ਹੈ, ਹੁਣ ਆਪਾਂ ਪੱਗ ਆਜ਼ਾਦ ਕਰਵਾਉਣੀ ਹੈ। ਉਹ ਤਾਂ ਆਜ਼ਾਦੀ ਚਾਹੁੰਦੇ ਸੀਗੇ ਉਹ ਤਾਂ ਆਜ਼ਾਦ ਹੋਣਾ ਚਾਹੁੰਦੇ ਸੀਗੇ, ਆਜ਼ਾਦ ਹੋਣਾ ਚਾਹੁੰਦੇ ਸੀਗੇ ਉਹ, ਭਾਵ ਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਆਪਾਂ ਇੱਕ ਗੁਲਾਮੀ ਦੇ ਵਿੱਚੋਂ ਨਿਕਲ ਕੇ 1947 'ਚ ਦੂਜੀ ਗੁਲਾਮੀ 'ਚ ਪੈ ਚੁੱਕੇ ਹੈਗੇ ਹਾਂ। ਉਹ ਆਜ਼ਾਦ ਹੋਣਾ ਚਾਹੁੰਦੇ ਸੀਗੇ, ਉਹ ਕਹਿੰਦੇ ਸੀਗੇ ਕਿ ਉਦੋਂ ਟੋਪੀ ਆਜ਼ਾਦ ਕਰਾਈ, ਹੁਣ ਆਪਾਂ ਪੱਗ ਆਜ਼ਾਦ ਕਰਵਾਉਣੀ ਹੈ। ਕੀ ਮਾਇਨੇ ਹੁੰਦੇ ਆ ਇਹਦੇ? ਅੱਛਾ, ਹੋਰ ਅੱਗੇ ਆ ਜਾਓ। ਉਹ ਕਹਿੰਦੇ ਮੈਨੂੰ ਕੁਛ ਵੀ ਕਿੰਨੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਕਿੰਨ ਇੱਕ ਕਲਿੱਪ ਵਾਇਰਲ ਹੁੰਦਾ ਹੈਗਾ ਜੀ ਅਕਸਰ ਹੀ, ਆਮ ਹੀ ਘੁੰਮਦਾ 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 ਕਈ ਵਾਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈਗਾ, ਜਿਹਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇਹ ਕਹਿ ਰਹੇ ਨੇ, ਕਹਿੰਦੇ ਜਿੱਦਾਂ ਹੁਣ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਂਗੀ। ਹੋਰ ਦੱਸੋ ਜੀ, ਹੋਰ ਕਿੱਦਾਂ ਡਿਮਾਂਡ ਕਰਨੀ ਹੁੰਦੀ ਹੈ ਅਤੇ ਹੋਰ ਕਿੱਦਾਂ ਕੀ ਕਹਿਣਾ ਹੁੰਦਾ ਭਲਾ। ਜਿਵੇਂ ਪਹਿਲਾਂ ਗੱਲ ਕਰਕੇ ਹਟਿਆ, ਜੇ ਉਹ ਲੱਗਦਾ ਹੋਊਗਾ ਕਿ ਉਹ ਬਹੁਤੀ ਦਮਦਾਰ ਨਹੀਂ ਹੈਗੀ, ਪਹਿਲਾਂ ਟੋਪੀ ਆਜ਼ਾਦ ਕਰਾਈ, ਹੁਣ ਆਪਾਂ ਪੱਗ ਆਜ਼ਾਦ ਕਰਾਉਣੀ ਹੈ, ਪਰ ਉਹ ਤਾਂ ਆਹ ਵੀ ਗੱਲ ਕਹੀ ਉਹਨਾਂ ਨੇ, ਜਿੱਦਾਂ ਹੁਣ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਂਗੀ, ਇਸ ਤੋਂ ਵੱਡੀ ਹੁਣ ਹੋਰ ਗੱਲ ਕਿਹੋ ਜਿਹੀ ਹੋ ਜਾਵੇ। ਹਾਲਾਂਕਿ ਇਸ ਤੋਂ ਵੱਡੀਆਂ ਹੋਰ ਗੱਲਾਂ ਵੱਖ ਵੱਖ ਢੰਗ ਤਰੀਕੇ ਦੀਆਂ ਉਦਾਹਰਣਾਂ ਦੇ ਕੇ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਕੰਮ, ਉਹਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸਪੀਚਿਸ, ਹੋਰ ਉਹਨਾਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ, ਵੱਖ ਵੱਖ ਪੱਤਰਕਾਰਾਂ ਨੂੰ ਦਿੱਤੀਆਂ ਗਈਆਂ ਇੰਟਰਵਿਊਜ਼ ਤੋਂ ਇਲਾਵਾ, ਜਿਹੜੀ ਇੰਦਰਾ ਗਾਂਧੀ ਨੂੰ ਸੰਬੋਧਿਤ ਹੋ ਕੇ ਕਈ ਵਾਰ ਗੱਲਾਂ ਕਰਦੇ ਹੁੰਦੇ ਸੀਗੇ ਸੰਗਤ ਦੇ ਵਿੱਚ, ਜਦੋਂ ਉਹ ਪ੍ਰਵਚਨ ਕਰਦੇ ਹੁੰਦੇ ਸੀ ਤਾਂ ਉਸ ਵੇਲੇ ਜਿਹੜੀਆਂ ਉਹ ਗੱਲਾਂ ਕਰਦੇ ਹੁੰਦੇ ਸੀਗੇ ਆਪਣੇ ਭਾਸ਼ਣ ਦੇ ਦੌਰਾਨ, ਉਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਤੁਸੀਂ ਦੇਖੋਗੇ ਸੁਣੋਗੇ ਗੌਹ ਦੇ ਨਾਲ ਤਾਂ ਤੁਹਾਨੂੰ ਆਹ ਤਾਂ ਸਿੱਧੀ ਗੱਲ ਹੋ ਗਈ ਨਾ, ਅਸਿੱਧੇ ਰੂਪ ਦੇ ਵਿੱਚ ਵੀ ਤੁਹਾਨੂੰ ਕਈ ਵਾਰ ਇਸ਼ਾਰਾ ਉੱਧਰ ਹੀ ਤੁਹਾਨੂੰ ਨਜ਼ਰ ਆਊਗਾ ਵੀ ਉੱਧਰ ਹੀ ਇਸ਼ਾਰਾ ਸੀਗਾ ਪੂਰਾ। ਆਹ ਤਾਂ ਸਿਰੇ ਦੀ ਗੱਲ ਵਾ ਨਾ ਜੀ, ਵੀ ਜਿੱਦਾਂ ਹੁਣ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਇਸ ਤੋਂ ਵੱਡੀ ਤਾਂ ਹੁਣ ਕੋਈ ਸਿਰੇ ਵਾਲੀ ਗੱਲ ਹੈ ਨਹੀਂ। ਪਰ ਉਹ ਇਹ ਕਹਿ ਰਹੇ ਆ ਕਿ ਕੰਗਣਾ ਰਣੌਤ ਉਹਨਾਂ ਨੂੰ ਖਾਲਿਸਤਾਨ ਦੀ ਡਿਮਾਂਡ ਕਰਦੇ ਸੀਗੇ, ਇਹ ਕਹਿ ਕੇ ਉਹਨਾਂ ਨੂੰ ਕੰਗਣਾ ਰਣੌਤ ਉਹਨਾਂ ਦੀ ਕਿਰਦਾਰ ਕੁਸ਼ੀ ਕਰ ਰਹੀ ਹੈ। ਹੁਣ ਜਿਹੜੇ ਇਸ ਗੱਲ ਨੂੰ ਕਬੂਲ ਕਰਨਗੇ, ਭਾਵੇਂ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਹੀ ਕਿਉਂ ਨਾ ਹੋਣ, ਉਹਨਾਂ ਨੂੰ ਇਹ ਲੱਗੂਗਾ ਕਿ ਵਾਕਈ ਲੈ ਵੀ ਇੱਦਾਂ ਹੀ ਆ, ਵੀ ਜੇ ਕੋਈ ਖਾਲਿਸਤਾਨ ਦੀ ਡਿਮਾਂਡ ਕਰਦਾ ਹੈਗਾ ਤਾਂ ਜਾਂ ਅਸੀਂ ਵੀ ਕਰਾਂਗੇ, ਜਾਂ ਅਸੀਂ ਵੀ ਜੇ ਆਪਣੇ ਉਹਨੂੰ ਖਾਲਿਸਤਾਨੀ ਖਵਾਵਾਂਗੇ ਤਾਂ ਇਹ ਤਾਂ ਸਾਡੇ ਕਿਰਦਾਰ ਦੀ ਖੁਸ਼ੀ ਵਾਲੀ ਗੱਲ, ਭਈ ਇਹ ਤਾਂ ਗਲਤ ਗੱਲ ਵਾ ਜੀ, ਇਹ ਖਰੀ ਗੱਲ ਨਹੀਂ ਹੈਗੀ। ਅਸਲ ਵਿੱਚ ਗੱਲ ਕੀ ਹੈਗੀ ਆ, ਉਹ ਇਹ ਹੈਗੀ ਆ ਕਿ ਹਰਮੀਤ ਸਿੰਘ ਕਾਲਕਾ ਜੀ ਉਹ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਰਾਸ਼ਟਰਵਾਦੀ ਹਾਂ। ਮੈਂ ਕਹਿੰਦਾ ਵੀ ਠੀਕ ਹੈ, ਆਪਣੇ ਬਾਰੇ ਕੋਈ ਵੀ ਕੁਛ ਵੀ ਕਹਿ ਸਕਦਾ ਹੈਗਾ ਕਿ ਮੈਂ ਆਹ ਹਾਂ, ਹਰ ਇੱਕ ਨੂੰ ਹੱਕ ਹੈਗਾ, ਕੋਈ ਧੱਕਾ ਨਹੀਂ ਹੈਗਾ ਵੀ ਤੂੰ ਭਾਈ ਜਿਹੜੇ ਰਾਹ ਮੈਂ ਤੁਰਿਆ ਤੂੰ ਉਸੇ ਰਾਹ ਤੂੰ ਵੀ ਤੁਰ, ਕੋਈ ਧੱਕਾ ਨਹੀਂ ਹੈਗਾ, ਕੋਈ ਜ਼ਬਰਦਸਤੀ ਥੋੜ੍ਹੀ ਹੈ ਕਿਸੇ ਦੇ ਨਾਲ, ਹਰ ਇੱਕ ਦੀ ਆਪੋ ਆਪਦੀ ਮਰਜ਼ੀ ਹੁੰਦੀ ਆ, ਹੈ ਨਾ। ਸੋ ਉਹਨਾਂ ਦੀ ਆਪਣੀ ਮਰਜ਼ੀ ਹੈ, ਪਰ ਕੀ ਉਹਨਾਂ ਨੂੰ ਇਸ ਗੱਲ ਦਾ ਕਿਸੇ ਨੇ ਹੱਕ ਦਿੱਤਾ ਹੋਇਆ
ਕਿ ਤੁਸੀਂ ਕਿਸੇ ਦੂਸਰੇ ਨੂੰ, ਤੁਸੀਂ 20ਵੀਂ ਸਦੀ ਦੇ ਮਹਾਨ ਜਰਨੈਲ ਜਿਹੜੇ ਸ਼ਹੀਦ ਹੋ ਗਏ ਸੀਗੇ, ਜਿਸ ਮਕਸਦ ਦੀ ਖਾਤਰ ਸ਼ਹੀਦ ਹੋ ਗਏ ਸੀਗੇ, ਉਹ ਉਸ ਮਕਸਦ ਨੂੰ ਵੀ ਤੁਸੀਂ ਝੁਟਲਾ ਦਿਓ ਔਰ ਤੁਸੀਂ ਉਹਨਾਂ ਦੇ ਵਾਸਤੇ ਤੁਸੀਂ ਡਿਸਾਈਡ ਕਰੋ ਕਿ ਨਹੀਂ 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 ਨਹੀਂ, ਉਹ ਆਜ਼ਾਦੀ ਦੇ ਪਰਵਾਨੇ ਨਹੀਂ ਸੀਗੇ, ਨਹੀਂ 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 ਨਹੀਂ, ਉਹ ਖਾਲਿਸਤਾਨ ਦੇ ਰਾਹ ਦੇ ਪਾਂਧੀ ਨਹੀਂ ਸੀਗੇ, ਉਹ ਖਾਲਸਾ ਰਾਜ ਦੀ ਡਿਮਾਂਡ ਕਰਨ ਵਾਲੇ ਨਹੀਂ ਸੀਗੇ, ਉਹ ਤਾਂ ਰਾਸ਼ਟਰਵਾਦੀ ਸੀਗੇ ਜਿੱਦਾਂ ਮੈਂ ਰਾਸ਼ਟਰਵਾਦੀ ਹਾਂ ਇੱਦਾਂ, ਤੁਸੀਂ ਤਾਂ ਆਹ ਸਾਬਤ ਕਰਨ 'ਤੇ ਲੱਗੇ ਹੋਏ, ਤੁਹਾਨੂੰ ਇਹ ਹੱਕ ਕਿਹਨੇ ਦਿੱਤਾ ਹੈਗਾ ਭਲਾ? ਹੁਣ ਉੱਥੇ ਮੂਹਰੇ ਮਾਈਕ ਪਏ ਹੋਏ ਆ ਪੱਤਰਕਾਰਾਂ ਦੇ, ਹੁਣ ਮੈਂ ਤਾਂ ਜਿੰਨੀ ਕੁ ਸੁਣੀ ਉੰਨੀ ਕੁ ਗੱਲ, ਹੁਣ ਪੱਤਰਕਾਰਾਂ ਨੇ ਅੱਗੇ ਉਹ ਸਵਾਲ ਪਤਾ ਨਹੀਂ ਕੀਤੇ ਜਾਂ ਨਹੀਂ ਕੀਤੇ ਹੈਗੇ, ਹੁਣ ਉੱਥੇ ਸਵਾਲ ਉਹਨਾਂ ਨੂੰ ਕਰਨੇ ਬਣਦੇ ਹੈਗੇ ਆ ਪੱਤਰਕਾਰਾਂ ਨੂੰ ਵੀ, ਜੇ ਉਹ ਕਰਨ ਤਾਂ ਚਲੋ, ਹੁਣ ਦੂਰ ਹੈਗੇ ਆਪਣੇ ਤੋਂ ਕਦੇ ਕੋਈ ਸਬੱਬ ਬਣੇ ਤਾਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਆਹ ਗੱਲ, ਕ੍ਰੋਸ ਕੁਐਸਚਨਿੰਗ ਵੀ ਹੋਵੇ ਉਹਨਾਂ ਦੇ ਨਾਲ ਵੀ ਤੁਸੀਂ ਆਹ ਗੱਲ ਕਿਸ ਬਿਨਾਹ 'ਤੇ ਕਹਿ ਰਹੇ ਹੋ, ਔਰ ਉਸ ਤੋਂ ਬਾਅਦ ਜਿਹੜਾ ਸੰਘਰਸ਼ ਚੱਲਿਆ 1984 ਤੋਂ ਬਾਅਦ ਸਿੱਖਾਂ ਨੇ ਸੰਘਰਸ਼ ਲੜਿਆ ਔਰ ਉਹ ਸੰਘਰਸ਼ ਦੇ ਜਿਹੜੇ ਪਾਂਧੀ ਹੈਗੇ ਨੇ, ਸਿੱਖ ਕੌਮ ਉਹਨਾਂ ਨੂੰ ਆਪਦੀਆਂ ਪਲਕਾਂ ਦੇ ਉੱਪਰ ਬਿਠਾਉਂਦੀ ਹੈ, ਸਿੱਖ ਕੌਮ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੀ ਹੈ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਆ ਅਗਲੇ ਮਹੀਨੇ ਫਿਰ ਉਹਨਾਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਔਰ ਉਹਨਾਂ ਦੇ ਪਿੰਡ ਗਦਲੀ ਵੱਡੀ ਪੱਧਰ ਦੇ ਉੱਪਰ 9 ਅਕਤੂਬਰ ਨੂੰ ਧੂਮਧਾਮ ਦੇ ਨਾਲ ਮਨਾਇਆ ਜਾਂਦਾ, ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਉੱਥੇ ਇਕੱਤਰ ਹੁੰਦੀਆਂ ਨੇ, ਤੁਸੀਂ ਉਹਨਾਂ ਦੀਆਂ ਜੇਲ੍ਹ ਚਿੱਠੀਆਂ ਪੜ੍ਹ ਕੇ ਵੇਖ ਲਓ, ਟੀਚਾ ਕੀ ਸੀਗਾ ਭਲਾ, ਸਿਰੇ ਦਾ ਟੀਚਾ ਕੀ ਸੀਗਾ ਭਲਾ, ਔਰ ਜਿਹੜੀ ਉਹਨਾਂ ਨੇ ਕੋਰਟ ਵਿੱਚ ਸਟੇਟਮੈਂਟ ਦਿੱਤੀ ਹੋਈ ਆ, ਜਿਹੜੀ ਰਾਸ਼ਟਰਪਤੀ ਦੇ ਨਾਮੇ ਚਿੱਠੀ ਲਿਖੀ ਹੋਈ ਆ, ਜਿਹੜੀ ਪੰਥ ਦੇ ਨਾਮੇ ਚਿੱਠੀ ਲਿਖੀ ਹੋਈ ਆ, ਸਾਰੀਆਂ ਚਿੱਠੀਆਂ ਦੇ ਵਿੱਚ ਉਹਨਾਂ ਨੇ ਡਿਮਾਂਡ ਆਪਣੀ ਰੱਖੀ ਹੋਈ ਹੈ ਵੀ ਅਸੀਂ ਜਿਹੜੇ ਸਾਡੀ ਕੌਮ ਦੇ ਨਾਲ ਜਿਹਨਾਂ ਨੇ ਘਾਣ ਕੀਤਾ, ਅਸੀਂ ਉਹਨਾਂ ਨੂੰ ਜਿੱਥੇ ਸੋਧਿਆ ਕਬੂਲ ਕਰਦੇ ਹਾਂ, ਉਹਨਾਂ ਨੇ ਕਬੂਲ ਕੀਤਾ ਤਾਂ ਹੀ ਕਰਕੇ ਉਹਨਾਂ ਨੂੰ ਜਨਰਲ ਵੈਦਿਆ ਦੇ ਕਤਲ ਕੇਸ ਦੇ ਵਿੱਚ ਸਜ਼ਾਏ ਮੌਤ ਹੋ ਗਈ ਸੀ ਅਤੇ ਫਾਂਸੀ ਦੀ ਸਜ਼ਾ ਸੁਣਾਈ ਗਈ, ਉਹਨਾਂ ਨੇ ਫਾਂਸੀ ਦੇ ਉੱਪਰ ਚੜ੍ਹਨਾ ਕਬੂਲ ਕੀਤਾ ਸੀਗਾ, ਔਰ ਕਾਲਕਾ ਜੀ ਸ਼ਾਇਦ ਤੁਹਾਨੂੰ ਪਤਾ ਹੋਵੇ, ਪਤਾ ਹੋਣਾ ਚਾਹੀਦਾ, ਪਰ ਤੁਸੀਂ ਰਾਸ਼ਟਰਵਾਦ ਦੇ ਰੰਗ ਵਿੱਚ ਰੰਗ ਹੋ ਕੇ ਤੁਸੀਂ ਉਹਨਾਂ ਨੂੰ ਇਹ ਦੱਸਣ ਦੇ ਚੱਕਰਾਂ ਵਿੱਚ ਕਿ ਮੈਂ ਸ਼ੁੱਧ ਰਾਸ਼ਟਰਵਾਦੀ ਹਾਂ ਅਤੇ ਸੰਤ ਭਿੰਡਰਾਂ ਵਾਲੇ ਅਤੇ ਹੋਰ, ਤੁਸੀਂ ਉਹਨਾਂ ਨੂੰ, ਤੁਹਾਨੂੰ ਕੀ ਹੱਕ ਹੈਗਾ ਕਿ ਤੁਸੀਂ ਉਹਨਾਂ ਨੂੰ ਵੀ ਉਸੇ ਰੰਗ ਦੇ ਵਿੱਚ ਰੰਗ ਕੇ ਅਤੇ ਲੋਕਾਂ ਸਾਹਮਣੇ ਪੇਸ਼ ਕਰੋ ਕਿ ਨਹੀਂ ਨਹੀਂ ਜਿਸ ਰੰਗ ਦੇ ਵਿੱਚ ਮੈਂ ਸੰਤਾਂ ਨੂੰ ਰੰਗ ਕੇ ਆ ਪੇਸ਼ ਕਰਨਾ ਚਾਹੁੰਦਾ ਤਾਂ ਉਹੀ ਰੰਗ ਉਹਨਾਂ ਵਾਸਤੇ ਵਾਜਬ ਹੈ, ਇਸ ਗੱਲ ਦਾ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਹੈਗਾ ਤੁਹਾਨੂੰ, ਨਾ ਮੈਨੂੰ ਦਿੱਤਾ ਹੈਗਾ, ਉਹਨਾਂ ਦੀਆਂ ਸਪੀਚਾਂ ਖੁਦ ਬੋਲ ਕੇ ਦੱਸਦੀਆਂ ਨੇ, ਉਹਨਾਂ ਉਹ ਆਪ ਦੱਸ ਕੇ ਗਏ ਆ ਕਿ ਮੈਂ ਕੌਣ ਹਾਂ, ਅਸੀਂ ਉਹਨਾਂ ਨੂੰ ਜੋ ਉਹ ਹੈਗੇ ਆ, ਜੋ ਉਹ ਦੱਸ ਕੇ ਗਏ ਹੈਗੇ ਆ, ਜਿਸ ਕਾਜ਼ ਦੀ ਖਾਤਰ, ਜਿਸ ਮਕਸਦ ਦੀ ਖਾਤਰ ਉਹਨਾਂ ਨੇ ਵੱਡੀ ਕੁਰਬਾਨੀ ਕੀਤੀ ਆ, ਸ਼ਹਾਦਤ ਕੀਤੀ ਹੈਗੀ, ਤੁਸੀਂ ਉਹਨੂੰ ਕਿੱਦਾਂ ਝੁਟਲਾ ਸਕਦੇ ਹੋ ਭਲਾ? ਹੁਣ ਭਾਈ ਸੁੱਖੇ ਜਿੰਦੇ ਹੁਣਾਂ ਦੀ ਮੈਂ ਗੱਲ ਕਰ ਰਿਹਾ ਸੀਗਾ, ਉਹਨਾਂ ਨੇ ਤੁਸੀਂ ਸੋਚ ਕੇ ਵੇਖੋ, ਹਰਮੀਤ ਸਿੰਘ ਕਾਲਕਾ ਜੀ ਤੁਸੀਂ ਸਭ ਤੋਂ ਵੱਡੇ ਹੈਗੇ ਆ, ਰੁਤਬਾ ਵੀ ਤੁਹਾਡਾ ਵੱਡਾ ਹੈਗਾ ਆ, ਅਸੀਂ ਤੁਹਾਨੂੰ ਨਿਮਰਤਾ ਸਹਿਤ ਇਹ ਗੱਲ ਕਹਿਣੀ ਚਾਹੁੰਦੇ ਹਾਂ, ਉਹਨਾਂ ਨੇ ਇੱਕ ਪਾਸੇ ਜ਼ਿੰਦਗੀ ਦਾ ਰਾਹ ਖੁੱਲ੍ਹਾ ਹੈਗਾ ਆ, ਉੱਪਰਲੀ ਕੋਰਟ ਵਿੱਚ ਅਪੀਲ ਕਰੋ, ਜਿਹੜੀ ਫਾਂਸੀ ਦੀ ਸਜ਼ਾ ਸੀਗੀ ਉਮਰ ਕੈਦ ਵਿੱਚ ਤਬਦੀਲ ਹੁੰਦੀ ਹੈ, ਔਰ ਦੂਏ ਪਾਸੇ ਫਾਂਸੀ ਦੇ ਰਸਤੇ 'ਤੇ ਤੁਸੀਂ ਜਾਓ ਤਖਤੇ ਵੱਲ ਨੂੰ, ਉੱਧਰਲੇ ਪਾਸੇ ਯਕੀਨਣ ਮੁਹਰੇ ਮੌਤ ਹੈ, ਉਹਨਾਂ ਨੇ ਇੱਧਰ ਜ਼ਿੰਦਗੀ ਵਾਲਾ ਰਾਹ ਛੱਡ ਦਿੱਤਾ, ਉਹਨਾਂ ਨੇ ਫਾਂਸੀ ਦੇ ਤਖਤੇ ਦੇ ਉੱਪਰ ਜਾ ਕੇ ਫਾਂਸੀ ਦੇ ਰੱਸੇ ਦੇ ਉੱਪਰ ਝੂਰਣਾ ਉਹਨਾਂ ਨੇ ਕਬੂਲ ਕਰ ਲਿਆ ਸੀਗਾ। ਹੁਣ ਤੁਸੀਂ ਸੋਚ ਕੇ ਵੇਖੋ ਮਕਸਦ ਕੀ ਹੈ ਉਹਨਾਂ ਦਾ, ਜਿਹੜੀਆਂ ਉਹਨਾਂ ਦੇ ਜੇਲ੍ਹ ਚਿੱਠੀਆਂ ਨੇ ਰਾਸ਼ਟਰਪਤੀ ਦੇ ਨਾਮੇ ਵੀ ਲਿਖੀਆਂ ਹੋਈਆਂ ਪੜ੍ਹ ਕੇ ਵੇਖ ਲਓ, ਔਰ ਥੱਲੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਪੜ੍ਹ ਕੇ ਵੇਖ ਲਓ, ਹੋਰ ਹੁਣ ਫਿਰ ਉਹਨਾਂ ਤੋਂ ਇਲਾਵਾ ਜਿਹੜੇ ਅੱਜ ਤੱਕ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਭਾਵੇਂ ਕਿਉਂ ਨਾ ਬੈਠੇ ਹੋਏ ਹੋਣ, ਜਿਹਨਾਂ ਦੇ ਮਨ ਵਿੱਚ ਇਸ ਗੱਲ ਦੀ ਤਾਂਘ ਹੈ ਕਿ ਸਾਡਾ ਕਦੀ ਮੁਲਕ ਹੁੰਦਾ ਸੀ, ਅਸੀਂ ਆਪਣਾ ਉਹੀ ਮੁਲਕ ਚਾਹੁੰਦੇ ਹਾਂ, ਉਹਨਾਂ ਨੂੰ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਖਿਲਾਰਦੇ ਹੋ? ਤੁਹਾਡੇ ਹਿਸਾਬ ਦੇ ਨਾਲ ਫਿਰ ਕੀ ਉਹ ਸਾਰੇ ਜਾਣੇ, ਉਹ ਸਾਰੇ ਜਾਣੇ ਉਹ ਹੈਗੇ ਆ ਜਿਹੜੇ ਇਹ ਗੱਲ ਕਹਿੰਦੇ ਆ ਵੀ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਪਾਏ ਹੋਏ ਪੂਰਨਿਆਂ ਦੇ ਉੱਪਰ, ਉਹਨਾਂ ਵੱਲੋਂ ਖਿੱਚੀ ਗਈ ਲਕੀਰ ਦੇ ਵਾਲੇ ਦੂਏ ਪਾਸੇ ਖੜ ਕੇ ਅਸੀਂ ਅੱਜ ਸੰਘਰਸ਼ ਲੜ ਰਹੇ ਹਾਂ, ਅਸੀਂ ਉਹਨਾਂ ਵੱਲੋਂ ਪਾਈ ਹੋਈ ਲੀਹ ਦੇ ਉੱਪਰ ਚੱਲ ਰਹੇ ਹਾਂ, ਉਹਨਾਂ ਨੂੰ ਵੀ ਤੁਸੀਂ ਕੀ ਇਸੇ ਹੀ ਖਾਤੇ ਵਿੱਚ ਖਿਲਾਰਦੇ ਹੋ?
ਵੀ ਜੇ ਉਹਨਾਂ ਨੂੰ ਕੋਈ ਕਹਿੰਦਾ ਹੈਗਾ ਤਾਂ ਤੁਸੀਂ ਉਹਨਾਂ ਨੂੰ ਵੀ ਇਹੀ ਸਮਝਦੇ ਹੋ ਕਿ ਜੇ ਉਹਨਾਂ ਨੂੰ ਕੋਈ ਖਾਲਿਸਤਾਨੀ ਕਹਿੰਦਾ ਜਾਂ ਉਹਨਾਂ ਨੂੰ ਆਜ਼ਾਦੀ ਦੇ ਪਰਵਾਨੇ ਕਹਿੰਦਾ ਜਾਂ ਉਹ ਆਜ਼ਾਦੀ ਚਾਹੁੰਦੇ ਆ ਜਾਂ ਉਹ ਖਾਲਸਾ ਰਾਜ ਦੇ ਹਾਮੀ ਹੈ ਤਾਂ ਕੀ ਇਹਦੇ ਮਾਇਨੇ ਵੀ ਇਹ ਤੁਹਾਡੇ ਸਾਹਮਣੇ ਇਹ ਕੱਢੇ ਜਾਣ ਕਿ ਜੇ ਉਹਨਾਂ ਨੂੰ ਕੋਈ ਇੱਦਾਂ ਕਹਿ ਕੇ ਸੰਬੋਧਿਤ ਕਰੇ ਤਾਂ ਇਹ ਉਹਨਾਂ ਦੀ ਕਿਰਦਾਰ ਕੁਸ਼ੀ ਹੈ। ਅਗਲੇ ਕਹਿੰਦੇ ਯਾਰ ਸਾਡੇ ਵਾਸਤੇ ਪਰਾਊਡ ਵਾਲੀ ਗੱਲ ਵਾ ਇਹ ਵੀ ਸਾਨੂੰ ਜੇ ਕੋਈ ਖਾਲਸਾ ਰਾਜ ਦਾ ਹਾਮੀ ਕਹਿੰਦਾ ਸਾਨੂੰ ਜੇ ਕੋਈ ਖਾਲਿਸਤਾਨੀ ਕਹਿੰਦਾ ਅਗਲੇ ਕਹਿੰਦੇ ਸਾਡੇ ਵਾਸਤੇ ਪਰਾਊਡ ਵਾਲੀ ਗੱਲ ਵਾ। ਤੁਸੀਂ ਇੱਥੇ ਜਿਹੜੀਆਂ ਵੱਖ ਵੱਖ ਧਿਰਾਂ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋ ਗਏ ਦਲ ਖਾਲਸਾ ਵਾਲੇ ਹੋ ਗਏ ਉਹ ਤੁਸੀਂ ਸੋਚ ਕੇ ਵੇਖੋ ਸਟੇਜਾਂ ਦੇ ਉੱਪਰ ਸ਼ਰੇਆਮ ਉਹ ਠੋਕ ਕੇ ਟਣਕਾ ਕੇ ਗੱਲ ਕਹਿੰਦੇ ਆ ਵੀ ਸਾਨੂੰ ਖਾਲਿਸਤਾਨੀ ਹੋਣ 'ਤੇ ਮਾਣ ਹੈ ਉਹ ਇੱਦਾਂ ਕਹਿੰਦੇ ਆ। ਤੁਸੀਂ ਉਹਨਾਂ ਬਾਰੇ ਵੀ ਸਥਿਤੀ ਜ਼ਰੂਰ ਸਪਸ਼ਟ ਕਰੋ ਕਿ ਤੁਸੀਂ ਉਹਨਾਂ ਦੀ ਇਸ ਸੋਚ ਨੂੰ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਕਿਸ ਤਰੀਕੇ ਦੇ ਨਾਲ ਸੁਣਨ ਵਾਲੇ ਹੋ, ਤੁਸੀਂ ਸੋਚ ਕੇ ਵੇਖਿਓ ਉਹ ਤੁਸੀਂ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਕਿੰਨੇ ਕੁ ਸਾਜ਼ਿਸ਼ੀ ਤਰੀਕੇ ਦੇ ਨਾਲ ਪਤਾ ਨਹੀਂ ਕਿਹਨਾਂ ਦੇ ਇਸ਼ਾਰਿਆਂ ਦੇ ਉੱਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਇੱਕ ਚੰਗੀ ਸੁਚੱਜੀ ਅਤੇ ਦੂਰ ਅੰਦੇਸ਼ੀ ਸੋਚ ਖਾਲਸਾ ਰਾਜ ਵਾਲੀ ਜਿਹੜੀ ਹੈ ਸ਼ੁੱਧ ਵਧੀਆ ਰਾਜ ਭਾਗ ਜਿੱਥੇ ਵਧੀਆ ਪ੍ਰਬੰਧ ਹੋਣ ਜਿੱਦਾਂ ਦਾ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਰਾਜ ਭਾਗ ਹੋਇਆ ਕਰਦਾ ਸੀਗਾ, ਉਸ ਐਡੀ ਉੱਚੀ ਅਤੇ ਸੁੱਚੀ ਪਾਵਨ ਅਤੇ ਪਵਿੱਤਰ ਸੋਚ ਦਾ ਮਰਡਰ ਕਰ ਰਹੇ ਨੇ ਸਰਦਾਰ ਹਰਮੀਤ ਸਿੰਘ ਕਾਲਕਾ ਜੀ। ਹੁਣ ਪਤਾ ਨਹੀਂ ਉਹ ਆਪ ਹੀ ਇੱਦਾਂ ਸੋਚਦੇ ਆ ਜਾਂ ਇਹ ਪਤਾ ਨਹੀਂ ਉਹਨਾਂ ਦੇ ਕੋਲੋਂ ਇਹ ਮਰਡਰ ਜਿਹੜਾ ਹੈਗਾ ਕਰਵਾਇਆ ਜਾ ਰਿਹਾ ਉਹਨਾਂ ਦੀ ਸੋਚ ਦਾ, ਇਹ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ, ਪਰ ਇਸ ਤਰੀਕੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈਗਾ। ਸੋ ਮੈਂ ਇਹ ਸੋਚਦਾ ਹੈਗਾ ਕਿ ਜਿੰਨੀਆਂ ਵੀ ਧਿਰਾਂ ਹੈਗੀਆਂ ਨੇ ਦੁਨੀਆਂ ਦੇ ਹਰੇਕ ਕੋਨੇ ਵਿੱਚ ਜਿਹੜੇ ਬੈਠੇ ਹੋਏ ਸਿੱਖ ਹੈਗੇ ਆ ਉਹ ਜ਼ਰੂਰ ਇਹਨਾਂ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖਿਲਾਰਨ ਕਿ ਹਰਮੀਤ ਸਿੰਘ ਕਾਲਕਾ ਜੀ ਤੁਸੀਂ ਇਹ ਜਿਹੜੀ ਗੱਲ ਆਖੀ ਆ ਵੀ ਇਹਦੇ ਕੀ ਮਾਇਨੇ ਹੈਗੇ ਆ, ਤੁਸੀਂ ਆਪਣੀ ਸਥਿਤੀ ਨੂੰ ਜ਼ਰੂਰ ਸਪਸ਼ਟ ਕਰੋ। ਇੱਕ ਗੱਲ ਅਖੀਰ ਦੇ ਵਿੱਚ ਸਮਾਪਤੀ ਵੱਲ ਨੂੰ ਵੱਧਦੇ ਹਾਂ, ਇਸੇ ਹੀ ਮੁਲਕ ਦੇ ਵਿੱਚ ਭਾਰਤ ਦੇ ਸੰਵਿਧਾਨ ਨੂੰ ਉਲੰਘ ਕੇ ਦੇਖੋ ਸਿੱਖਾਂ ਦਾ ਤਾਂ ਆਪਦਾ ਇੱਥੇ ਰਾਜ ਹੁੰਦਾ ਸੀਗਾ ਪੰਜਾਬ ਦੀ ਧਰਤੀ ਦੇ ਉੱਪਰ, ਸਿੱਖ ਕਹਿੰਦੇ ਕਿ ਸਾਡਾ ਹੁੰਦਾ ਸੀ ਅਸੀਂ ਮੁੜ ਉਹ ਚਾਹੁੰਦੇ ਹਾਂ, ਔਰ ਦੂਏ ਪਾਸੇ ਉਹ ਲੋਕ ਜਿਹੜੇ ਇਸ ਮੁਲਕ ਦੇ ਵਸ਼ਿੰਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਰਾਜ ਪ੍ਰਬੰਧ ਹੈਗਾ ਉਹ ਰਾਜ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਗੱਲ ਕਹਿੰਦੇ ਆ ਕਿ ਇਸ ਮੁਲਕ ਨੂੰ ਅਸੀਂ ਹਿੰਦੂ ਰਾਸ਼ਟਰ ਦੇ ਰੰਗ 'ਚ ਰੰਗ ਦੇਣਾ, ਇੱਕ ਰਾਸ਼ਟਰ ਇੱਕ ਭਾਸ਼ਾ ਅਤੇ ਇੱਕ ਝੰਡਾ ਉਹ ਇਹਦੀ ਗੱਲ ਕਰਦੇ ਆ, ਉਹ ਹਿੰਦੂ ਹਿੰਦੀ ਔਰ ਹਿੰਦੁਸਤਾਨ ਦੀ ਗੱਲ ਕਰਦੇ ਆ। ਉਸ ਵੇਲੇ ਤੁਸੀਂ ਉਹਨਾਂ ਨੂੰ ਇਹ ਗੱਲ ਕਿਉਂ ਨਹੀਂ ਕਹਿੰਦੇ ਹੈਗੇ ਕਿ ਤੁਸੀਂ ਇਸ ਮੁਲਕ ਦੀਆਂ ਧੱਜੀਆਂ ਉਡਾ ਰਹੇ ਹੋ ਸੰਵਿਧਾਨ ਦੀਆਂ, ਉਸ ਵੇਲੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਇਹ ਗੱਲ ਕਹਿੰਦੇ ਹੈਗੇ ਕਿ ਤੁਸੀਂ ਭਾਰਤੀ ਹੋਣ ਦੇ ਉੱਪਰ ਫਖਰ ਕਰੋ, ਤੁਸੀਂ ਜਦੋਂ ਆਪਣੇ ਆਪ ਨੂੰ ਹਿੰਦੁਸਤਾਨੀ ਅਖਵਾਉਂਦੇ ਹੋ ਤਾਂ ਇਹ ਤੁਸੀਂ ਕਿਰਦਾਰ ਕੁਸ਼ੀ ਵਾਲੀ ਗੱਲ ਹੈ ਤੁਹਾਡੇ ਵਾਸਤੇ ਇਹ, ਉਹਨਾਂ ਨੂੰ ਤੁਸੀਂ ਜਿਹੜੇ ਆਪਣੇ ਜਿਹੜੇ ਤੁਹਾਡੇ ਸਿੱਖ ਭਰਾ ਹੈਗੇ ਆ ਜਿਹੜੇ ਉੱਦਾਂ ਦਾ ਹੀ ਰਾਜ ਪ੍ਰਬੰਧ ਕਿੰਨਾ ਵਧੀਆ ਰਾਜ ਪ੍ਰਬੰਧ ਸੀਗਾ, ਕੀ ਤੁਹਾਨੂੰ ਉਹ ਰਾਜ ਪ੍ਰਬੰਧ ਖਰਾ ਨਹੀਂ ਲੱਗਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ, ਕਿ ਕਿਸੇ ਨੂੰ ਇਸ ਗੱਲ ਦਾ ਹੱਕ ਨਹੀਂ ਹੈ ਕਿ ਕੋਈ ਆਪਣਾ ਕੌਮੀ ਘਰ ਬਣਾ ਸਕੇ? ਸਿੱਖਾਂ ਨੇ ਤਾਂ ਮੈਂ ਨਹੀਂ ਸੁਣਿਆ ਕਦੇ ਵੀ ਕਿਤੇ ਵੀ ਸਿੱਖਾਂ ਨੇ ਕਦੀ ਵਿਰੋਧ ਕੀਤਾ ਹੋਵੇ ਵੀ ਜਿਹੜੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਬਣਾਉਣਾ ਵੀ ਆਪਾਂ ਉਹਦਾ ਵਿਰੋਧ ਕਰਦੇ ਹਾਂ, ਸਿੱਖ ਕਦੇ ਵੀ ਵਿਰੋਧ ਕਰਦੇ ਕਿਸੇ ਨੂੰ, ਕਿਉਂਕਿ ਆਪਾਂ ਬਾਣੀ ਪੜ੍ਹਦੇ ਹਾਂ ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ ਜਦੋਂ ਗੁਰੂ ਮਹਾਰਾਜ ਦਾ ਜਿਹੜਾ ਫਲਸਫਾ ਹੈਗਾ ਆ ਉਹ ਤਾਂ ਇਵੇਂ ਦਾ ਹੈਗਾ ਕਿ ਹਰ ਇੱਕ ਨੂੰ ਆਜ਼ਾਦੀ ਹੈ, ਹਰ ਇੱਕ ਨੂੰ ਰਾਈਟ ਟੂ ਸਪੀਚ ਹੈਗਾ, ਤੁਸੀਂ ਸਭਿਕ ਭਾਸ਼ਾ ਦੇ ਵਿੱਚ ਆਪਦੀ ਗੱਲ ਰੱਖ ਸਕਦੇ ਹੋ, ਤੁਹਾਨੂੰ ਆਪਣਾ ਘਰ ਬਣਾਉਣ ਦਾ ਅਖਤਿਆਰ ਹੈਗਾ ਆ, ਜਿਹੜਾ ਭਾਰਤ ਦਾ ਸੰਵਿਧਾਨ ਹੈਗਾ ਤੁਹਾਨੂੰ ਉਹ ਵੀ ਇਹ ਗੱਲ ਕਹਿੰਦਾ ਹੈਗਾ ਕਿ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਵੱਖਰੇ ਮੁਲਕ ਦੀ ਖਾਤਰ ਸੰਘਰਸ਼ ਕਰ ਸਕਦੇ ਹੈਗੇ ਆ, ਔਰ ਉਹਦੇ ਬਾਵਜੂਦ ਵੀ ਜੇ ਕੋਈ ਉਹ ਕਰਦਾ ਹੈਗਾ ਤਾਂ ਤੁਸੀਂ ਉਹਨਾਂ ਨੂੰ ਕਹਿ ਰਹੇ ਹੈਗੇ ਕਿ ਇਹ ਤਾਂ ਉਹਨਾਂ ਜਦੋਂ ਉਹ ਇਹ ਕੰਮ ਕਰਦੇ ਹੈਗਾ ਤਾਂ ਮਾੜੀ ਗੱਲ ਵਾ, ਔਰ ਜੇ ਕੋਈ ਉਹ ਕਰਦਾ ਹੈਗਾ ਅਤੇ ਉਹਨੂੰ ਜੇ ਕੋਈ ਅੱਤਵਾਦੀ ਕਹਿੰਦਾ ਤੁਸੀਂ ਕਹਿੰਦੇ ਵੀ ਇਹ ਉਹਦੀ ਕਿਰਦਾਰ ਕੁਸ਼ੀ ਹੋ ਗਈ, ਤੁਸੀਂ ਪ੍ਰਾਊਡ ਫੀਲ ਨਹੀਂ ਕਰਦੇ ਹੈਗੇ। ਸੋ ਇਹ ਸਾਰਾ ਕੁਛ ਬਹੁਤ ਹੀ ਇੱਕ ਪਲੈਨਿੰਗ ਦੇ ਤਹਿਤ ਮੈਨੂੰ ਲੱਗਦਾ ਕਿ ਇੱਕ ਵਧੀਆ ਤਰੀਕੇ ਦੇ ਨਾਲ ਇੱਕ ਵਧੀਆ ਸ਼ਬਦਾਂ ਦਾ ਜਾਲ ਬੁਣ ਕੇ ਇੱਕ ਜ਼ਹਿਰ ਨੂੰ ਮਿੱਠੇ ਦੇ ਵਿੱਚ ਲਪੇਟ ਕੇ ਲੋਕਾਂ ਦੇ ਮੂਹਰੇ ਆਪਣੇ ਹੀ ਲੋਕਾਂ ਦੇ ਮੂਹਰੇ ਪਰੋਸਿਆ ਜਾ ਰਿਹਾ ਹੈਗਾ, ਔਰ ਨਾਲ ਇਸ ਮੁਲਕ ਦੀ ਹਕੂਮਤ ਨੂੰ
ਇਸ ਰਾਸ਼ਟਰ ਨੂੰ ਇਹ ਦੱਸਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਤੁਹਾਡੇ ਬਹੁਤ ਹੀ ਜ਼ਿਆਦਾ ਵੱਡੇ ਵਫ਼ਾਦਾਰ ਹੈਗੇ ਹਾਂ। ਔਰ ਮੇਰੀ ਇੱਕ ਹੱਥ ਬੰਨ ਕੇ ਜ਼ਰੂਰ ਬੇਨਤੀ ਆ ਸਮੇਂ ਦੀਆਂ ਹਕੂਮਤਾਂ ਨੂੰ ਵੀ ਕਿ ਭਲਿਓ ਜਿਹੜੇ ਤੁਹਾਡੀ ਇਸ ਤਰੀਕੇ ਦੇ ਨਾਲ ਖੁਸ਼ਾਮਦ ਕਰਦੇ ਨੇ, ਚਮਚਾਗਿਰੀ ਕਰਦੇ ਨੇ, ਤੁਸੀਂ ਮਤ ਸੋਚੋ ਕਿ ਉਹ ਸਹੀ ਮੈਨੇ ਵਿੱਚ ਇਸ ਮੁਲਕ ਦੇ ਵਫ਼ਾਦਾਰ ਆ। ਇਹ ਗੱਲ ਦਾ ਤੁਸੀਂ ਭੁਲੇਖਾ ਕੱਢ ਦਿਓ, ਇਸ ਮੁਲਕ ਦੇ ਸਹੀ ਮੈਨੇ ਵਿੱਚ ਵਫ਼ਾਦਾਰ ਉਹੀ ਨੇ। ਔਰ ਇੱਕ ਗੱਲ ਪੱਕੀ ਹੈਗੀ ਆ, ਮੈਨੂੰ ਸਿੱਖਾਂ ਦੇ ਸੁਭਾਅ ਦਾ ਪਤਾ ਹੈਗਾ, ਅਸੀਂ ਆਪ ਵੀ ਉਹਨਾਂ ਰਾਹਾਂ ਦੇ ਪਾਂਧੀ ਹੈਗੇ ਹਾਂ, ਅਸੀਂ ਆਪ ਉਹਨਾਂ ਰਾਹਾਂ ਦੇ ਸਿੱਖ, ਅਸੀਂ ਆਪ ਵੀ ਸਿੱਖ ਹੈਗੇ ਹਾਂ। ਗੁਰਦੁਆਰਾ ਸਾਹਿਬ ਮਾਰਗ ਦੇ ਉੱਪਰ ਚੱਲਣ ਦੀ ਮਾੜੀ ਮੋਟੀ ਕੋਸ਼ਿਸ਼ ਅਸੀਂ ਵੀ ਕਰਦੇ ਹੈਗੇ ਹਾਂ ਇੱਕ ਪੱਤਰਕਾਰ ਹੋਣ ਦੇ ਨਾਤੇ। ਮੈਨੂੰ ਇਸ ਗੱਲ ਦਾ ਪਤਾ ਹੈਗਾ ਕਿ ਸਾਡੇ ਸੁਭਾਅ ਕਿਹੋ ਜਿਹੇ ਹੈਗੇ ਆ। ਸਾਡੇ ਸੁਭਾਅ ਇਹੋ ਜਿਹੇ ਹੈਗੇ ਆ ਕਿ ਜੇ ਇਕੱਠੇ ਇੱਕ ਘਰ ਦੇ ਵਿੱਚ ਰਹਿ ਰਹੇ ਹਾਂ ਨਾ, ਜੇ ਕਿਸੇ ਕਾਰਨ ਕਰਕੇ ਤਣਾਅ ਬਣ ਗਿਆ, ਜੇ ਗੱਬੇ ਕੰਧ ਹੋ ਜਾਂਦੀ ਹੈਗੀ ਆ, ਜੇ ਲਕੀਰ ਖਿੱਚੀ ਵੀ ਜਾਂਦੀ ਹੈਗੀ ਆ, ਤਾਂ ਦੂਏ ਪਾਸੇ ਜਾ ਕੇ ਫਿਰ ਉਹ ਤੁਹਾਡਾ ਬੁਰਾ ਨਹੀਂ ਚਾਹੁਣਗੇ ਜਿਹੜੇ ਉਹ ਵਾਲੇ ਸਿੱਖ ਹੈਗੇ ਆ। ਚਮਚਾਗਿਰੀ ਕਰਨ ਵਾਲੇ ਨਹੀਂ, ਜਿਹਨਾਂ ਦੀ ਜ਼ਮੀਰ ਜਾਗਦੀ ਹੈ, ਜਿਹਨਾਂ ਦੇ ਅੰਦਰ ਅਣਖ ਨਾਂ ਦੀ ਕੋਈ ਕਣੀ ਹੈਗੀ ਆ ਉਹਨਾਂ ਦੀ ਗੱਲ ਕਰਦਾ ਮੈਂ। ਜਿਹਨਾਂ ਦੇ ਅੰਦਰ ਸਾਰਾ ਕੁਝ ਮੁੱਕ ਚੁੱਕਾ ਹੈਗਾ ਉਹ ਤਾਂ ਐਵੇਂ ਦੀਆਂ ਗੱਲਾਂ ਕਰਦੇ ਆ, ਚਮਚਾਗਿਰੀਆਂ ਕਰਦੇ ਆ, ਪਰ ਜਿਹੜੇ ਚਮਚਾਗਿਰੀਆਂ ਨਹੀਂ ਕਰਦੇ ਹੁੰਦੇ, ਅਣਖ ਗੈਰਤ ਜਿਹਨਾਂ ਦੇ ਅੰਦਰ ਹੁੰਦੀ ਹੈਗੀ ਆ, ਉਹ ਦੂਏ ਪਾਸੇ ਖੜ ਕੇ ਵੀ ਉਹ ਆਪਦਾ ਵੱਖਰਾ ਘਰ ਜਦੋਂ ਬਣ ਜਾਂਦਾ ਹੈਗਾ ਤਦ ਵੀ ਐਜ਼ ਏ ਗੁਆਂਢੀ ਤੁਹਾਡੀ ਖਾਤਰ ਨਾ ਜਾਨਾ ਤਲੇ ਦੇ ਉੱਪਰ ਰੱਖ ਕੇ ਲੜਨਗੇ ਤਾਂ ਗੱਲ ਕਰ ਲਿਆ ਜੇ ਤੁਸੀਂ। ਇਹ ਮੈਂ ਤਾਂ ਗੱਲ ਕਰਦਾ ਹੈਗਾ, ਕਈ ਵਾਰ ਬੰਦੇ ਨੂੰ ਇਹ ਲੱਗਣ ਲੱਗ ਪੈਂਦਾ ਵੀ ਯਾਰ ਇਹ ਹੋਰ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਆ, ਇਹ ਖਰੇ ਸਾਡਾ ਬੁਰਾ ਚਾਹੁੰਦੇ ਹੈਗੇ ਆ, ਉਹ ਤੁਹਾਡਾ ਬੁਰਾ ਨਹੀਂ ਚਾਹੁੰਦੇ ਹੈਗੇ। ਗੁਆਂਢੀ ਗੁਆਂਢੀ ਹੁੰਦਾ ਹੈਗਾ, ਨਾਲ ਦਾ ਬੰਦਾ ਉਹਨਾਂ ਦੀ ਮਦਦ ਕਰਦਾ ਕਿ ਨਹੀਂ ਕਰਦਾ, ਇਕੱਠੇ ਭਰਾ ਹੁੰਦੇ ਹੈਗੇ ਆ ਜਦੋਂ ਇੱਕ ਘਰ 'ਚ ਰਹਿੰਦੇ ਹੁੰਦੇ ਆ, ਜਦੋਂ ਉਹ ਅੱਡ ਅੱਡ ਹੋ ਵੀ ਜਾਂਦੇ ਹੈਗੇ ਆ ਜੇ, ਤਾਂ ਉਸ ਤੋਂ ਬਾਅਦ ਕਈ ਤਾਂ ਲੜ ਝਗੜ ਕੇ ਐਨ ਬੁਰਾ ਹਾਲ 'ਤੇ ਬੌਂਕੇ ਦਿਹਾੜੇ ਕਰਵਾ ਕੇ ਸਾਰੀ ਉਮਰ ਫਿਰ ਇੱਕ ਦੂਜੇ ਨਾਲ ਉਹਨਾਂ ਦੀ ਬੋਲਚਾਲ ਹੀ ਬੰਦ ਹੋ ਜਾਂਦੀ ਆ, ਇੱਦਾਂ ਹੁੰਦਾ। ਪਰ ਜੇ ਪਿਆਰ ਇਤਫਾਕ ਦੇ ਨਾਲ ਜੇ ਬੰਦਾ ਕਹੇ ਵੀ ਚਲੋ ਕੋਈ ਗੱਲ ਨਹੀਂ ਯਾਰ, ਐਂ ਕਰਕੇ ਐਂ ਕਰ ਲਓ, ਕੋਈ ਨਹੀਂ, ਤੁਸੀਂ ਆਪਦੇ ਰਾਹ 'ਤੇ ਅਸੀਂ ਆਪਦੇ ਰਾਹ, ਤੁਸੀਂ ਚੁੱਲ੍ਹਾ ਚੌਂਕਾ ਆਪਣਾ ਵੱਖਰਾ ਕਰ ਲਓ, ਕੋਈ ਨਹੀਂ ਰੋਟੀ ਪਾਣੀ ਆਪਦੀ ਵੱਖਰੀ ਬਣਾ ਲਿਆ ਕਰੋ, ਜੇ ਤੁਸੀਂ ਸੁਲ੍ਹਾ ਸਫਾਈ ਦੇ ਨਾਲ ਇੱਦਾਂ ਕਰਦੇ ਆ, ਸਗੋਂ ਫਿਰ ਕੀ ਪਤਾ ਕੀ ਵਾਧਾ ਹੁੰਦਾ ਹੈਗਾ। ਇੱਧਰਲੇ ਪਾਸੇ ਨੇ ਪਨੀਰ ਬਣਾਇਆ, ਉੱਧਰਲੇ ਪਾਸੇ ਬਣੀ ਦਾਲ, ਅਗਲਾ ਕਹਿੰਦਾ ਦਾਲ ਦੀ ਕੌਲੀ ਤੁਸੀਂ ਮੜ ਜੀ ਲੈ ਲਓ, ਇੱਧਰੋਂ ਮੜ ਜਾ ਪਨੀਰ ਦੀ ਕੌਲੀ ਇੱਧਰ ਦੇ ਦਿਓ। ਵਧੀਆ ਮਿਲ ਜੁਲ ਕੇ ਸਾਰਾ ਕੁਝ ਚੱਲਦਾ। ਸਾਡੇ ਘਰੇ ਦੁੱਧ ਸਿਗਾਜ ਲਿਆ, ਦੁੱਧ ਖਰਾਬ ਹੋ ਗਿਆ, ਕੋਈ ਨਹੀਂ ਭੈਣੇ ਆ ਲੈ ਲਾ, ਇੱਧਰੋਂ ਲੈ ਲਾ, ਤੁਸੀਂ ਚਾਹ ਚੋਂ ਬਣਾ ਕੇ ਪੀਓ, ਕੋਈ ਗੱਲ ਨਹੀਂ ਹੈਗੀ, ਚੱਲਦਾ ਕਿ ਨਹੀਂ ਇੱਦਾਂ ਚੱਲਦਾ ਕੰਮ। ਸੋ ਮੈਨੂੰ ਲੱਗਦਾ ਕਿ ਬੜੇ ਵਧੀਆ ਤਰੀਕੇ ਦੇ ਨਾਲ ਇਹ ਗੁਰਮਤਿ ਦਾ ਫਲਸਫਾ ਹੈਗਾ ਆ, ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜੇ ਸਾਰੇ ਜਣੇ ਆਪਾਂ ਚੱਲਾਂਗੇ ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਹਰਜ਼ ਨਹੀਂ ਹੈਗਾ। ਮੁਲਕ ਟੁੱਟਦੇ ਹੈਗੇ ਆ, ਮੁਲਕ ਬਣਦੇ ਹੈਗੇ ਆ, ਪਿੱਛੇ ਇਤਿਹਾਸ ਪੜ੍ਹ ਕੇ ਵੇਖ ਲਓ, ਹੱਦਾਂ ਸਰਹੱਦਾਂ ਅੱਜ ਜੋ ਹੈਗੀਆਂ ਕੱਲ੍ਹ ਨਹੀਂ ਸੀ, ਜੋ ਅੱਜ ਹੈਗੀਆਂ ਨੇ ਕੱਲ੍ਹ ਨਹੀਂ ਹੋਣਗੀਆਂ, ਇਹ ਸਾਰਾ ਕੁਛ ਬਦਲਦਾ ਹੀ ਰਹਿੰਦਾ ਹੈਗਾ। ਪਰ ਇਸ ਸਾਰੇ ਕਾਸੇ ਦੇ ਦਰਮਿਆਨ ਜਿਹੜੇ ਆ ਸਾਡੇ ਇਸ ਕਿਸਮ ਦੇ ਕੁਛ ਆਗੂ ਹੈਗੇ ਆ, ਦੀਦੇ ਸਾਡੇ ਵਰਗੇ ਹੀ ਹੈਗੇ ਆ, ਉਹ ਸਾਡੀਆਂ ਵੱਡੀਆਂ ਸਿਰਮੌਰ ਜਥੇਬੰਦੀਆਂ ਦੇ ਉੱਪਰ ਕਾਬਜ਼ ਵੀ ਹੈਗੇ ਨੇ, ਪਰ ਉਹ ਇਸ ਤਰੀਕੇ ਦੇ ਨਾਲ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਜਦੋਂ ਉਹ ਉਹਨਾਂ ਦੀ ਸੋਚ ਦਾ ਮਰਡਰ ਕਰਦੇ ਆ ਨਾ, ਤਾਂ ਉਹਨਾਂ ਦੀ ਸੋਚ ਦਾ ਮਰਡਰ ਹੁੰਦੇ ਆ ਸਾਡੇ ਕੋਲੋਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਨਹੀਂ ਜਾਂਦਾ ਹੈਗਾ। ਤਾਂ ਕਰਕੇ ਆ ਦੋ ਚਾਰ ਗੱਲਾਂ ਕੀਤੀਆਂ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜੀ ਉਹਨਾਂ ਨੇ ਗੱਲ ਕੀਤੀ ਹੈਗੀ ਆ 3.5 ਮਿੰਟ ਦੀ, ਮੈਂ ਵੀਡੀਓ ਲਾਗੇ ਕਰ ਦਿੰਦਾ, ਤੁਸੀਂ ਉਹ ਜ਼ਰੂਰ ਸੁਣਦੇ ਜਾਇਓ, ਦੇਖਦੇ ਜਾਇਓ, ਉਹ ਸੁਣਨ ਤੋਂ ਬਾਅਦ ਫਿਰ ਤੁਸੀਂ ਅੰਦਾਜ਼ਾ ਲਾਇਓ ਅਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਕਿ ਕੀ ਤੁਹਾਨੂੰ ਸਾਰੀ ਗੱਲਬਾਤ ਸੁਣ ਕੇ ਇਹ ਨਹੀਂ ਲੱਗਦਾ ਹੈਗਾ ਕਿ ਵਾਕਈ ਜੋ ਮੈਂ ਕਹਿ ਰਿਹਾ ਹੈਗਾ ਵੀ ਉਹ ਵਾਕਈ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਦਾ ਮਰਡਰ ਕਰ ਰਹੇ ਨੇ। ਸੁਣਦੇ ਜਾਇਓ ਜੀ, ਵੀਡੀਓ ਲਾਗੇ ਕਰ ਦਿੰਦਾ, ਧੰਨਵਾਦ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਅਧਿਅਕਸ਼ ਸ਼੍ਰੀ JP ਨੱਡਾ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੰਗਨਾ ਰਣੌਤ ਜਿਹੜੀ ਹਰ ਵਕਤ ਬਿਨਾਂ ਸੋਚੇ ਸਮਝੇ ਇੱਕ ਕੌਂਟਰੋਵਰਸੀ ਸਟੇਟਮੈਂਟਸ ਦਿੰਦੀ ਹੈ, ਔਰ ਖਾਸ ਤੌਰ ਦੇ ਉੱਤੇ ਜਿਹੜਾ ਸਿੱਖ ਕੌਮ ਦੇ ਨਾਲ ਇੱਕ ਹੈਟਡਨੈਸ ਫੈਲਾ ਰਹੀ ਹੈ, ਉਹਦੇ ਦਿਲ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੇ ਪ੍ਰਤੀ
ਉਹ ਬਾਰ ਬਾਰ ਕੈਮਰਿਆਂ ਦੇ ਉੱਤੇ ਲਿਆ ਕੇ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਸ ਪ੍ਰਗਟ ਹੋ ਰਿਹਾ। ਔਰ ਮੈਂ ਕੰਗਣਾ ਜੀ ਨੂੰ ਵੀ ਕਹਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆਂ ਦੇ ਰਹੇ ਹੋ ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਾਸਤੇ, ਤੁਸੀਂ ਇਹ ਕੋਝੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ, ਸਾਨੂੰ ਕੁਛ ਨਹੀਂ ਲੈਣਾ ਦੇਣਾ ਤੁਹਾਡੀ ਪਿਕਚਰ ਚੱਲੇ ਨਾ ਚੱਲੇ, ਉਹਦੇ 'ਚ ਹੈ ਕਿ ਨਹੀਂ ਹੈ। ਸਾਡਾ ਸਾਰਿਆਂ ਦਾ ਸਿੱਖ ਪੰਥ ਦਾ ਬਹੁਤ ਵੱਡਾ ਇੱਕ ਰੋਸ ਹੈ ਕਿ ਜਿਹਦੇ ਵਿੱਚ ਸਿੱਖਾਂ ਦੇ ਕਿਰਦਾਰ ਔਰ ਸਿੱਖਾਂ ਦੇ 20ਵੀਂ ਸਦੀ ਦੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਵਾਰ ਵਾਰ ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ, ਤੁਸੀਂ ਕੱਲ੍ਹ ਵੀ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਸ਼ੋਅ ਦੇ ਉੱਤੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਤੰਕਵਾਦੀ ਸੀ ਔਰ ਉਹ ਖਾਲਿਸਤਾਨ ਦੀ ਮੰਗ ਕਰਦਾ ਸੀ। ਮੈਨੂੰ ਜੇ ਹਿਸਟਰੀ ਨਾਲ ਤੁਸੀਂ ਵੀ ਜਾਣੂ ਔਰ ਪਿਕਚਰ ਵੀ ਬਣਾਈ ਹੈ, ਤੁਸੀਂ ਕਹਿ ਰਹੇ ਹੋ ਉਹਦੇ 'ਚ ਕਿ ਅਸੀਂ, ਮੈਂ ਬੜੇ ਹਿਸਟੋਰੀਅਨਸ ਦੇ ਨਾਲ ਬੈਠ ਕੇ ਪਿਕਚਰ ਬਣਾਈ ਹੈ, ਅਤੇ ਮੈਨੂੰ ਇੱਕ ਇੰਸੀਡੈਂਸ ਦੱਸ ਦੇਣ, ਸਰਕਾਰੀ ਰਿਕਾਰਡ ਦੱਸ ਦੇਣ ਕਿ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਖਾਲਿਸਤਾਨ ਦੀ ਮੰਗ ਕੀਤੀ ਹੋਏ। ਖਾਮ ਖਾਂ ਕਿਸੇ ਦੇ ਵਾਰ ਵਾਰ ਇੱਕ ਗੱਲ ਕਰਕੇ ਉਹਦੇ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਸੰਤ ਜਰਨੈਲ ਸਿੰਘ ਦਾ ਔਰ ਉਹਨਾਂ ਦੇ, ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਰਹੇ ਆ ਔਰ ਉਹ ਟਕਸਾਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਲਾ ਮੁਖੀ ਬਾਬਾ ਦੀਪ ਸਿੰਘ ਨੂੰ ਬਣਾਇਆ ਸੀ। ਸੋ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬਿਆਨਬਾਜ਼ੀਆਂ ਕਰ ਰਹੇ ਹੋ ਉਹਦੇ ਵਿੱਚ ਸਿੱਖਾਂ ਦੇ ਵਿੱਚ ਤਾਂ ਰੋਸ ਹੈ, ਮਗਰ ਸਿੱਖਾਂ ਦੇ ਨਾਲ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਸਾਰੇ ਭਰਾਵਾਂ ਦੇ ਨਾਲ, ਜਿਹੜੀ ਇਸ ਦੇਸ਼ ਦੀ ਅਮਨ ਸ਼ਾਂਤੀ ਦੀ, ਉਹਦੇ ਵਿੱਚ ਬੜੀ ਵੱਡੀ ਠੇਸ ਪਹੁੰਚਦੀ ਹੈ। ਲੋਕ ਕਈ ਇਹਦਾ ਗਲਤ ਫਾਇਦਾ ਚੁੱਕ ਕੇ ਉਹਨੂੰ ਪ੍ਰੋਵੋਕ ਵੀ ਕਰਦੇ ਨੇ। ਸੋ ਇਸ ਕਰਕੇ ਤੁਹਾਨੂੰ ਵਾਰ ਵਾਰ ਅਸੀਂ ਬੇਨਤੀ ਕਰ ਰਹੇ ਹਾਂ, ਤੁਹਾਡੀ ਪਿਕਚਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਜਿਹੜੇ ਜਿਹੜੀਆਂ ਉਹਦੇ ਵਿੱਚ ਓਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚਲਾਓ, ਸਾਡਾ ਕੋਈ ਲੈਣਾ ਦੇਣਾ ਨਹੀਂ। ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ਼ ਵਾਰ ਵਾਰ ਅਗਰ ਗੱਲਾਂ ਕਰੋਗੇ ਤਾਂ ਮੈਨੂੰ ਲੱਗਦਾ ਕਿ ਫਿਰ ਸਿੱਖ ਜਗਤ ਦੇ ਵਿੱਚ ਇਹਦਾ ਰੋਸ ਆਉਣਾ ਵੀ ਜਾਇਜ਼ ਹੋਏਗਾ। ਔਰ ਮੈਂ ਫਿਰ ਤੋਂ ਬੇਨਤੀ ਕਰਾਂਗਾ, ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ, ਸਾਨੂੰ ਬੜਾ ਉਹਨਾਂ ਦੇ ਬਾਰੇ ਸੋਚ ਸਮਝ ਕੇ ਅਸੀਂ ਸ਼ਬਦਾਂ ਦੀ ਇਸਤੇਮਾਲ ਕਰ ਰਹੇ ਹਾਂ, ਮਗਰ ਇਹੋ ਜਿਹੇ ਸ਼ਬਦਾਂ ਲਈ ਕੰਗਣਾ ਜੀ ਤੁਸੀਂ ਹੱਕਦਾਰ ਹੋ ਨਹੀਂ, ਮਗਰ ਸੰਗਤ ਨੇ ਤੁਹਾਨੂੰ ਚੁਣ ਕੇ ਭੇਜਿਆ। ਸੋ ਮੈਂ ਤੁਹਾਡੀ ਹਾਈ ਕਮਾਂਡ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਖਿਲਾਫ਼ ਜਿਹੜਾ ਵੀ ਬੰਦਾ ਕਾਰਵਾਈ ਹੋਈ ਜ਼ਰੂਰ ਕਰਨੀ ਚਾਹੀਦੀ। ਦੇਖੋ ਬਿਲਕੁਲ ਇਹਦੇ ਉੱਤੇ ਲੀਗਲ ਕਾਰਵਾਈ ਵੀ ਹੋਣੀ ਚਾਹੀਦੀ ਔਰ ਅਸੀਂ ਆਪਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਆਪਣੇ ਲੀਗਲ ਐਕਸਪਰਟਸ ਨਾਲ ਗੱਲ ਕਰਕੇ ਇਹਦੀ ਕਾਰਵਾਈ ਕਰਨ ਦੀ ਵੀ ਗੱਲ ਕਰਾਂਗੇ, ਇਹਨਾਂ ਨੂੰ ਨੋਟਿਸ ਵੀ ਭੇਜਾਂਗੇ ਔਰ ਜਿਹੜੀਆਂ ਇਹਨਾਂ ਕੋਲੋਂ ਕੋਈ ਇਹੋ ਜਿਹੇ ਪੁਖਤਾ ਸਬੂਤ ਨੇ ਉਹ ਜਨਤਕ ਕਰ ਦੇਣ। ਸਾਰਾ ਦਿਨ ਮੀਡੀਆ ਦੇ ਅੱਗੇ ਬੈਠ ਕੇ ਅਗਰ ਇਹੋ ਜਿਹੀਆਂ ਗੱਲਾਂ ਕਰਦੇ ਨੇ ਤਾਂ ਜਨਤਕ ਕਰ ਦੇਣ, ਮਗਰ ਵਾਰ ਵਾਰ ਸਾਡੀ ਸਿੱਖ ਕੌਮ ਦੇ ਜਰਨੈਲਾਂ ਦੇ ਬਾਰੇ ਗਲਤ ਗੱਲ ਕਰਨਾ, ਗਲਤ ਸ਼ਬਦਾਵਲੀ ਇਸਤੇਮਾਲ ਕਰਨਾ, ਜਿਸ ਬੀਬੀ ਨੂੰ ਗੁਰਦੁਆਰੇ ਔਰ ਮੰਦਿਰ ਦੇ ਵਿੱਚ ਨਹੀਂ ਫਰਕ ਪਤਾ ਅਤੇ ਉਹ ਅੱਜ ਕਵੇ ਜੀ ਕਿ ਮੈਂ ਸਿੱਖ ਇਤਿਹਾਸ ਆਪਣੇ ਦੇਸ਼ ਦੇ ਇਤਿਹਾਸ ਦੇ ਉੱਤੇ ਪਿਕਚਰ ਬਣਾ ਰਹੀ ਹਾਂ, ਤਾਂ ਮੈਂ ਸਮਝਦਾ ਕਿ ਕਿੰਨੀ ਕੁ ਉਹਦੀ ਸਮਝ ਹੈ। ਇਹ ਸਾਰਿਆਂ ਨੂੰ ਸਮਝ ਜਾਣੀ ਚਾਹੀਦੀ।